ਅਸਲਾਮ ਵਾਲੇਕਮ ਜੀ ਇਹ ਜੀ ਸ਼ਾਦੀ ਦਾ ਦਫ਼ਤਰ ਇੱਥੇ ਅਸੀਂ ਨੌਕਰੀ ਕਰਨ ਡੇ ਇੱਕ ਸਾਹਿਬ ਹੈ ਸਾਡਾ ਸ਼ਾਦੀ ਉਹਨੇ ਕੀਤੀ ਹੈ ਇੱਕ ਧੀ ਦੋ ਧੀਆਂ ਨੇ ਇੱਕ ਧੀ ਨਾਲ ਬੜਾ ਪਿਆਰ ਕਰਦਾ ਦੂਸਰੀ ਧੀ ਨੂੰ ਕੁਛ ਸਮਝਦਾ ਨਹੀਂ ਤਨਹਾ ਟਾਈਮ ਨਾਲ ਦਿੰਦਾ ਨਹੀਂ ਇੱਥੇ ਦਫ਼ਤਰ 'ਚ ਅਸੀਂ ਨੌਕਰੀ ਕਰੀ ਜਾਣ ਡੇ ਵਾਹ ਮੇਰੇ ਮਾਲਕਾ ਬਾਪ ਬੰਦੇ ਕੀ ਤਕਦੀਰ ਲੈ ਕੇ ਆਉਂਦੇ ਨੇ ਕਰਦੇ ਵੀ ਕੱਖ ਨਹੀਂ ਤਾਂ ਰਾਤੋਂ ਰਾਤ ਅਮੀਰ ਹੋ ਜਾਂਦੇ ਨੇ ਅਤੇ ਬਾਪ ਬੰਦੇ ਸਾਰੀ ਜ਼ਿੰਦਗੀ ਮਿਹਨਤ ਮਜ਼ਦੂਰੀ ਕਰਦੇ ਨੇ ਅਤੇ ਮਸਾਂ ਆਪਣੇ ਬੱਚਿਆਂ ਦੀ ਰੋਟੀ ਪੂਰੀ ਕਰਦੇ ਨੇ ਇਸ ਬਾਰੇ 'ਚ ਸ਼ਾਇਰ ਕੀ ਕਹਿੰਦਾ ਹੈ ਕਿ ਅਸਮਾਨਾਂ 'ਤੇ ਉੱਡਦੇ ਪੰਛੀ ਵੇਖੋ ਕੀ ਪੇ ਕਰਦੇ ਨੇ ਅਸਮਾਨਾਂ 'ਤੇ ਉੱਡਦੇ ਪੰਛੀ ਵੇਖੋ ਕੀ ਪੇ ਕਰਦੇ ਨੇ ਵਾਂਗ ਇਨਸਾਨਾਂ ਨਾ ਇੱਕ ਦੂਜੇ ਨਾਲ ਲੜਦੇ ਨੇ ਨਾ ਉਹ ਰਿਸਕ ਜ਼ਖੀਰਾ ਕਰਦੇ ਨਾ ਉਹ ਭੁੱਖੇ ਮਰਦੇ ਨੇ ਬੰਦੇ ਹੀ ਰਿਸਕ ਜ਼ਖੀਰਾ ਕਰਦੇ ਬੰਦੇ ਹੀ ਭੁੱਖੇ ਮਰਦੇ ਨੇ ਖੁੱਲ੍ਹ ਕੇ ਬੱਬਰ ਸ਼ੇਰੋ ਉੱਥੋਂ ਸਾਡਾ ਸ਼ੋਅ ਵੀ ਹੈ ਜਿੱਦਾਂ ਜਿਵੇਂ ਮਾੜੇ ਬੰਦੇ ਦੀ ਭੈਣ ਨੂੰ ਤਲਾਕ ਹੋਈ ਤਾਂ ਪੰਚਾਇਤ ਬੈਠੀ ਜਾਣਦੇ ਰਹਿਣਾ ਲਾ ਜੀ ਇਹ ਸ਼ਾਦੀ ਦਾ ਦਫ਼ਤਰ ਹੈ ਇੱਥੇ ਇੱਕ ਹੋਰ ਨੌਕਰ ਹੈ ਨਾ ਮੁਰਾਦ ਉਹਦਾ ਬੇੜਾ ਕਰਕੇ ਜਾਏ ਸਾਰੇ ਕੰਮ ਮੈਨੂੰ ਕਰਨੇ ਪੈਂਦੇ ਆਪ ਕੱਖ ਕਰਦਾ ਨਹੀਂ ਸਿਰਫ ਗੱਲਾਂ ਕਰੀ ਜਾਂਦੇ ਆ ਸਭ ਕੋਲੋਂ ਪੈਸੇ ਲੈ ਜਾਂਦੇ ਆ ਸਾਰੇ ਦਫ਼ਤਰ ਦੇ ਕੰਮ ਮੈਨੂੰ ਕਰਨੇ ਪੈਂਦੇ ਨੇ ਮੈਂ ਕਿਹਾ ਨੌਕਰਾ ਉਹ ਕੀ ਰੌਲਾ ਪੈ ਜਾਨੀ ਅਸਲਾਮ ਅਲੈਕੁਮ ਜੀ ਭਾਜਨ ਖੈਰਾ ਖੈਰਾ ਮੇਰੇ ਭਰਾ ਦੀਆਂ ਖੈਰਾ ਇਹ ਲਓ ਖੁਦਾ ਦੀ ਕਿਸਮੇ ਪੂਰੇ ਪਾਕਿਸਤਾਨ 'ਚ ਕੰਮ ਕੀਤਾ ਪਰ ਜਿਹੜਾ ਮਜ਼ਾ ਸ਼ੇਖਪੁਰ ਆਇਆ ਪੂਰੇ ਪਾਕਿਸਤਾਨ 'ਚ ਕਿਤੇ ਨਹੀਂ ਆਇਆ ਆਈ ਲਵ ਯੂ ਸ਼ੇਖਪੁਰਾ ਅੱਜ ਕਰ ਰਿਹਾ ਕਿ ਜਿਹਦੇ ਨਾਲ ਕੀਤੇ ਹੋਣ ਸੱਚੇ ਕੌਲ ਕਰਾਰ ਹਾਂ ਜਿਹਦੇ ਨਾਲ ਕੀਤੇ ਹੋਣ ਸੱਚੇ ਕੌਲ ਕਰਾਰ ਉਹ ਯਾਰ ਛੇਤੀ ਕਦੀ ਭੁੱਲਦੇ ਨਹੀਂ ਤੇ ਜਿਹੜੇ ਮਟਕੇ ਭਰੇ ਹੋਣ ਨੀਤਾਂ ਦੇ ਨਾਲ ਉਹ ਡੋਲਿਆ ਵੀ ਕਦੀ ਡੋਲਦੇ ਨਹੀਂ ਤੇ ਐਨ ਇਸ਼ਕ ਦੇ ਗੁੰਝਲ ਬੜੇ ਹੀ ਔਖੇ ਇਹ ਖੋਲਿਆ ਵੀ ਕਦੇ ਖੋਲਦੇ ਨਹੀਂ ਤੇ ਜਿਨ੍ਹਾਂ ਨੇ ਧੋ ਧੋ ਪੀਤੇ ਹੁਣ ਪੈਰ ਮਾਵਾਂ ਦੇ ਉਹ ਪੁੱਤਰ ਜ਼ਮਾਨੇ 'ਚ ਰੋਲਦੇ ਨਹੀਂ ਯਾ ਮੇਰੇ ਮਾਲਕਾ ਸਭ ਦਾ ਭਲਾ ਤੇ ਸਭ ਦੀ ਖੈਰ ਪੁਰਾਣੀ ਟੂਬ ਤੇ ਨਵਾਂ ਟਾਇਰ ਯਾ ਅੱਲਾ ਕਿਸੇ ਨੇਕ ਦੇ ਮੱਥੇ ਲਾਈ ਆ ਸ਼ੇਖਾਂ ਤੇ ਰਾਈਆਂ ਤੇ ਬਚਾਈ ਇਹ ਸ਼ੇਖਾਂ ਕੋਲੋਂ ਕਿਉਂ ਬਚਾਈ ਤੇ ਰਾਈਆਂ ਕੋਲੋਂ ਕਿਉਂ ਬਚਾਈ ਉਹ ਬੜੇ ਸ਼ਰਾਦੇ ਲੋਕ ਨੇ ਯਾਰ ਸ਼ੇਖ ਬੜੀ ਸ਼ਰਾਦੀ ਕੌਮ ਹੈ ਜਨਾਬ ਸ਼ੇਖਾਂ ਦੇ ਘਰ ਮੈਂ ਪੂਰੇ 4 ਮਹੀਨੇ ਨੌਕਰੀ ਕੀਤੀ ਅੱਛਾ ਮੈਂ ਕਿਹਾ ਸ਼ੇਖ ਸਾਹਿਬ ਮੇਰਾ ਮਹੀਨਾ ਵਧਾਓ ਪੰਜਾਬ ਪੁੱਤਰਾ 13 ਮਹੀਨਾ ਅੱਜ ਤੋਂ ਬਾਅਦ 40 ਦਿਨਾਂ ਦਾ ਸ਼ੇਖ ਬੜੀ ਸ਼ਦਾਦੀ ਕੌਮ ਹੀ ਹਾਂਜੀ ਇਹ ਤੇ 14 ਅਗਸਤ ਵੀ 15 ਅਗਸਤ ਵਾਲੇ ਦਿਨ ਮਨਾਉਂਦੇ ਨੇ ਹਾਂ ਝੰਡੀਆਂ ਸਸਤੀਆਂ ਹੋ ਜਾਂਦੀਆਂ ਨਾ ਆਹੋ ਕੀ ਬਾਤ ਹਾਂ ਉਹ ਸਾਰੇ ਮੱਲੇ ਵਿੱਚ ਇੱਕ ਬੰਦਾ ਦਾਤਾ ਮਰ ਗਿਆ ਕਬਰ ਘਟਾਉਣ ਗਿਆ ਕਹਿੰਦਾ ਕਿੰਨੇ ਪੈਸੇ ਹੋਣੇ ਆਖਿਆ 500 ਰੁਪਇਆ ਸ਼ੇਖ ਸਾਹਿਬ ਕਹਿੰਦੇ ਰੁਪਇਆ 300 ਦੇਵਾਂਗਾ ਦਾਦਾ ਜੀ ਦੇ ਗੋਡੇ ਬਾਹਰ ਰੱਖ ਦਿਓ ਅੱਛਾ ਸ਼ੇਖ ਉਹ ਲਾਗੇ ਕਬਰ ਘਟਣ ਵਾਲਾ ਸ਼ੇਖ ਸੀ ਹਾਂ ਕਹਿੰਦਾ ਰੁਪਇਆ 500 ਕਬਰ ਤੁਹਾਨੂੰ ਖੁੱਲੀ ਕਰ ਦਿੰਦਾ ਤੁਸੀਂ ਬਾਬਾ ਜੀ ਦੇ ਨਾਲ ਬੱਚੇ ਫ੍ਰੀ ਦਫਨਾ ਲਓ ਅੱਛਾ ਲਾਗੇ ਫੇਰ ਸ਼ੇਖ ਦੀ ਕਬਰ ਕਹਿੰਦਾ ਭਾਈ ਜਾਨ ਆਪਸ ਵਿੱਚ ਲੜੀ ਜਾਣ ਦੇ ਜੀ 20 ਮੈਨੂੰ ਫੜਾਓ ਮੇਰੇ ਨਾਲ ਪਾ ਦਿਓ ਅੱਛਾ ਸ਼ੇਖ ਤੇ ਸ਼ੇਖ ਇੱਕ ਹੋਰ ਬਣੀ ਬੱਬਰ ਸ਼ੇਰ ਕੌਮ ਹੀ ਕਿਹੜੀ ਅਰਾਈ ਅੱਛਾ ਜੀ ਆਹਾ ਕਿਵੇਂ ਸਦਾ ਦੇ 2.5 ਕਿਲੋ ਗੋਸ਼ਤ ਫ੍ਰੀ ਚ ਪਿਆ ਪਿਆਰ ਵੇ ਰੋਟੀ ਗੰਢੇ ਨਾਲ ਹੀ ਖਾਣੀ ਸਹੀ ਕਹਿੰਦੇ ਸਹੀ ਕਹਿੰਦੇ ਰਾਈਆਂ ਦੇ ਘਰ ਮੈਂ ਨੌਕਰੀ ਕੀਤੀ 2 ਮਹੀਨੇ ਫੇਰ ਮੈਂ ਕਿਹਾ ਰਾਈ ਬਾਦਸ਼ਾਹ ਮੈਂ ਬੜਾ ਗਰੀਬ ਆਦਮੀ ਆ ਮੇਰੇ ਪਿਓ ਨੇ ਵੀ ਤੁਹਾਡੇ ਘਰ ਨੌਕਰੀ ਕੀਤੀ ਮੈਂ ਵੀ ਕੀਤੀ ਮੇਰਾ ਇੰਜ ਕਰੋ ਮੈਨੂੰ ਕੁਝ ਦਿਓ ਮੈਨੂੰ ਭੂਕਾ ਦਾ ਗੰਢਾ ਦੇ ਦਿੱਤਾ ਕਹਿੰਦਾ ਜਾ ਪੁੱਤਰ ਲੈ ਜਾ ਕੋਈ ਟੈਨਸ਼ਨ ਔਰ ਹਲਾਲ ਦੇ ਭਾਜਨ ਅੱਲਾ ਜਾਣਦਾ ਜੇ ਬਾਹਰ ਵੇਖੋ ਓਏ ਹੋਏ ਹੋਏ ਬੜੀ ਵੱਡੀ ਟੈਨਸ਼ਨ ਹੋਈ ਜਾ ਕੀ ਹੋਇਆ ਇਹ ਕੁੜੀ ਨੂੰ 4 ਮੁੰਡੇ ਛੇੜਨ ਦੇ ਅੱਛਾ ਉਹਦਾ ਭਰਾ ਕਹਿੰਦਾ ਅੱਛਾ ਉਹ ਕੁੜੀ ਲੈ ਕੇ ਰਕਸ਼ੇ ਦੇ ਵਿੱਚ ਪਾ ਕੇ ਅੱਛਾ ਜੀ ਗਲੀ ਦੇ ਵਿੱਚ ਫੇਰ ਉਹਦਾ ਭਰਾ ਕਹਿੰਦਾ ਫੇਰ ਉਹ ਲੈ ਕੇ ਨੂੰ ਪਿਛਲੇ ਕਮਰੇ 'ਚ ਸ਼ਰਾਬਾਂ ਸ਼ੁਰੂ ਕੁੜੀ ਦੀਆਂ ਚੀਕਾਂ ਨਿਕਲੀ ਜਾਣ ਡਈਆਂ ਉਹਦਾ ਭਰਾ ਤਾਂ ਬਗੈਰ ਦਬਾਰ ਚੁੱਪ ਖਲੋਤਾ ਲਾਂਤੀਆ ਆ ਦੇਖੋ ਤੂੰ ਜਦੋਂ ਤਾਂ ਖੋਤਾ ਬਾਈ ਕਿਸੇ ਭਰਾ ਨੇ ਖੁੱਲ੍ਹ ਕੇ ਤਾੜੀ ਮਾਰੀ ਮੈਂ ਤੂੰ ਗੱਲ ਵੀ ਨਾ ਕਰਦਾ ਸਾਰੇ ਭਰਾ ਤਾੜੀ ਮਾਰਨ ਫਿਰ ਉਹ ਕਿਵੇਂ ਜਿਹੜਾ ਬੰਦਾ ਆਪਣੀ ਸੱਕੀ ਮਾਂ ਨਾਲ ਪਿਆਰ ਕਰਦਾ ਖੁੱਲ੍ਹ ਕੇ ਤਾੜੀ ਮਾਰੇ ਇਹ ਤੇ ਹੋ ਗਿਆ ਤੇ ਜਿਹੜਾ ਜਿਹੜਾ ਇਹਦੀ ਮਾਂ ਨਾਲ ਕਰਦਾ ਉਹ ਵੀ ਖੁੱਲ੍ਹ ਕੇ ਮਾਰੇ ਅਮਰੇ ਟੋਲ ਹਲੇ ਵੀ ਨਹੀਂ ਹਟਿਆ ਹਾਂਜੀ ਸਾਰੇ ਭਰਾ ਸਕੂਨ ਦਾ ਡਰਾਮਾ ਵੇਖਣ ਦੇ ਉਹ ਮਰਨਾ ਮੈਨੂੰ ਇੰਜ ਵੇਖਣ ਦੇ ਜਿਵੇਂ ਡਾਕਟਰ ਫੋੜੇ ਨੂੰ ਵੇਖਦੇ ਤੂੰ ਆਪਣਾ ਕੰਮ ਤੂੰ ਤੂੰ ਆਪਣਾ ਕੰਮ ਕਰ ਉਸ ਭਣਵਈਏ ਨੂੰ ਨਾ ਛੇੜ ਆਹ ਤਾਂ ਬੜਾ ਹੈ ਚਵਲ ਆਦਮੀ ਕਿਵੇਂ ਨਿਲਾਮਗਰ ਚ ਮਾਰ ਖਾ ਗਿਆ ਪਾ ਤਾਰਕ ਜੀ ਸਾਹਮਣੇ ਕਿਹਾ ਉਹ ਕੌਣ ਸਾ ਜਾਨਵਰ ਹੈ ਜਿਸ ਕੇ ਮੂੰਹ ਮੇ ਦਾਤ ਨਹੀਂ ਕਹਿੰਦਾ ਮੇਰੀ ਦਾਦੀ ਲਾ ਤਾਰੀ ਖੋਲ ਕੇ ਮਾਰ ਦਿੰਦਾ ਇਹ ਵੀ ਬੜਾ ਚਵਲ ਆਦਮੀ ਯਕੀਨ ਕਰੋ ਕੱਲ ਕਮੀਜ਼ ਲਾ ਕੇ ਤੇ ਚੌਂਕ ਚ ਫਰੰਡਿਆ ਮੈਂ ਕਿਹਾ ਸ਼ਦਾਦੇ ਬੜੀ ਬਾਡੀ ਬਣਾਈ ਕਹਿੰਦਾ ਤੂੰ ਹਲੇ ਭਰਜਾਈ ਦੀ ਨਹੀਂ ਦੇਖੀ ਅੱਛਾ ਜੀ ਇਹਦੀ ਵੀ ਸੁਣੋ ਇਹਨੇ ਆਪਣੀ ਬੁੱਢੀ ਤੇ ਪਰਚਾ ਕਰਾਤਾ ਕਹਿੰਦਾ ਮੈਨੂੰ ਮਜ਼ਾ ਨਹੀਂ ਆਉਣ ਡਿਆ ਇਹਦੀ ਬੁੱਢੀ ਨੇ ਉਲਟਾ ਇਹਦੇ ਤੇ ਕਰਾਤਾ ਕਹਿੰਦੀ ਕੰਜਰਾ ਪੂਰੇ ਸ਼ੇਖਪੁਰ ਨੂੰ ਆਉਣ ਡਿਆ ਤੈਨੂੰ ਨਹੀਂ ਆਉਂਦਾ ਆਪਣਾ ਬੇਵਕੂ ਕੱਲ ਆਪਣੇ ਸਕੇ ਪਿਓ ਨੂੰ ਦਫਨਾ ਕੇ ਆਇਆ ਤੇ ਰੋ ਕੇ ਕਹਿ ਦਿਆ
ਰੋਕੇ ਦੀ ਮਾਂ ਕਹਿੰਦੀ ਮੈਂ ਮੁਰਦਾ ਮੈਂ ਤੇਰੇ ਪਿਓ ਨੂੰ ਜਗ੍ਹਾ ਬੜੀ ਸੋਹਣੀ ਮਿਲੀ ਏ ਅੱਗੇ ਕਹਿੰਦਾ ਮਾਂ ਦੋ ਦੁਕਾਨਾਂ ਨਾ ਪਾ ਦਈਏ ਤੇ ਇਹਦੀ ਵੀ ਸੁਣ ਲਓ ਇਹਦਾ ਪਿਓ ਨਹਿਰ ਦੇ ਨਾਂ ਦਾ ਮਰ ਗਿਆ ਮੌਲਵੀ ਨੇ ਕਿਹਾ ਨਹਾ ਲਓ ਉਹ ਕੰਜਰ ਕਹਿੰਦਾ ਰਹਿਣ ਦਿਓ ਨਹਾਉਂਦਾ ਹੀ ਤਾਂ ਮਰਿਆ ਇਹਨੇ ਵੀ ਆਪਣੇ ਸਕੇ ਪਿਓ ਨੂੰ ਨਹਿਰ 'ਚ ਸੁੱਟ ਦਿੱਤਾ ਮੈਂ ਕਿਹਾ ਇਹ ਕੀ ਕੀਤਾ ਕਹਿੰਦਾ ਮੈਂ ਵੇਖਣਾ ਚਾਹੁੰਦਾ ਕਿੰਨੇ ਪਾਣੀ 'ਚ ਕਿੱਡਾ ਬੇਵਕੂਫ ਇਹਨੇ ਆਪਣੇ ਰਾਤ ਦੇ ਸੁੱਤੇ ਪਏ ਦੇ ਪਿਓ ਦੀ ਧੌਣ ਵਰਤੀ ਮੈਂ ਕਿਹਾ ਪਿਓ ਦੀ ਧੌਣ ਕਵੰਦੀ ਇਹਨੂੰ ਸੁਬਾ ਉੱਠ ਕੇ ਲੱਭੇਗਾ ਅੱਛਾ ਇੱਕ ਸਵਾਲ ਦਾ ਜਵਾਬ ਦੇ ਦੋ ਪੁੱਛੋ ਇਹ ਜਦੋਂ ਲੋਕਾਂ ਦੇ ਘਰ ਔਲਾਦ ਪੈਦਾ ਹੁੰਦੀ ਏ ਹਾਂ ਇਹ ਆਪਣੇ ਕਮਰੇ ਸੋਹਣੇ ਸੋਹਣੇ ਬੱਚੇ ਤਸੀਰਾਂ ਕੋਲ ਆਉਂਦੇ ਤਾਂ ਕਿ ਬੱਚਾ ਖੂਬਸੂਰਤ ਮਾਡਲ ਪੈਦਾ ਹੋਵੇ ਤੇ ਤੇਰੀ ਵਾਰੀ ਮਾਂ ਨੇ ਖੁੱਲਾ ਇੰਟਰ ਵੇਖ ਲਿਆ ਇਹੀ ਸਵਾਲ ਮੇਰਾ ਤੇਰੇ ਤੇ ਹਾਂ ਅੱਜ ਤੋਂ ਔਰਤਾਂ ਕੋ ਬੱਚੇ ਬੱਚਾ ਹੋਣ ਵਾਲਾ ਹੁੰਦਾ ਹੈ ਇਹ ਸੋਹਣੀਆਂ ਫੋਟੋਆਂ ਕਿਉਂ ਵੇਖਦੀਆਂ ਉਹ ਐਸ ਵਾਸਤੇ ਕਿ ਬੱਚਾ ਸੋਹਣਾ ਪੈਦਾ ਹੋਵੇ ਤੇ ਸਾਰੇ ਤੇਰੀ ਮਾਂ ਨੇ ਇਮਰਾਨ ਖਾਨ ਦੇ ਪਿੱਛੇ ਵੇਖੀ ਹੋ ਉਹ ਤੁਹਾਡੀ ਫੈਨ ਨੂੰ ਡਰਾਮੇ ਵਾਲਿਓ ਜਿਹੜੀ ਕੁੜੀ ਸਕੂਲੋਂ ਭਾਈ ਦੀ ਡਰਾਮੇ ਜਾਏਗੀ ਐਕਸਕਿਊਜ਼ ਮੀ ਮੈਂ ਮੈਟ੍ਰਿਕ ਕੰਪਲੀਟ ਕਰ ਰਹੀ ਹਾਂ ਲਓ ਮੈਟ੍ਰਿਕ ਕੰਪਲੀਟ ਵੇਖੋ ਮੈਟ੍ਰਿਕ ਕੰਪਲੀਟ ਇਹ ਜੇ ਕੁੜੀਆਂ ਰੇਲਵੇ ਸਟੇਸ਼ਨ ਤੇ ਸਾਗ ਵੇਚਦੇ ਅੱਲਾ ਜਾਣਦਾ ਵੇਖੋ ਸਾਗ ਤੋਬਾ ਨੋਤ ਬਿਲਾ ਨਿੱਕੀ ਜੀ ਕੁੜੀ ਵੇਖੋ ਲੱਗਦਾ ਨਹੀਂ ਔਰਤ ਆਈ ਲੱਗਦਾ ਗੁੱਡੀ ਜੀ ਸੱਲ ਵਾਲੀ ਔਰਤਾਂ ਇਹ ਦਾੜੀਆਂ ਪਿੱਛੇ ਬੈਠੀਆਂ ਤੇ ਨੇ ਹੁਣ ਬੱਚੀ ਆ ਗਈ ਤੇ ਕਿਹੜਾ ਗੁਨਾਹ ਕਰਤਾ ਹਾਏ ਹਾਏ ਕੀ ਬਾਤ ਇਹ ਆਪਣੇ ਜਾਨ ਦਾ ਪਾਣ ਤੇ 80 ਰੁਪਏ ਦੀ ਸੱਲ ਵਾਲੀ ਗੁੱਡੀ ਜੀ ਸੱਲ ਪਾ ਦਿਓ ਤੇ ਜਲਦੀ ਜੀ ਕੱਢ ਲਓ ਤੇ ਖਲੋ ਜਾਂਦੀ ਹੈ ਗੰਦੀਆਂ ਚੁਗਤਾਂ ਕਰਦੇ ਮੈਂ ਕਦੀ ਆਪਣੇ ਘਰ ਦਾ ਦੱਸਿਆ ਨੀ ਵੀ ਕੰਮ ਕਾਹਦਾ ਕਰਨਾ ਆ ਮੈਂ ਰਾਤੀ ਆਪਣੇ ਘਰ ਗਿਆ ਮੇਰੀ ਅੰਮੀ ਕਹਿੰਦੀ ਮੁਰਸਲਾ ਬਹਾਦਰ ਉਹ ਤਾਂ ਕਾਹਦਾ ਕੰਮ ਕਰਨਾ ਮੈਂ ਕਿਹਾ ਮਾਂ ਜੀ ਫਰੈਸ਼ਮੈਂਟ ਅਫਸਰ ਲੱਗਾ ਉਹ ਕੌਮੀ ਅਨਪੜ੍ਹ ਕੇ ਤੇ ਜਾ ਅੱਲਾ ਬਰਕਤ ਪਾਵੇ ਹਾਂ ਫਰੈਸ਼ਮੈਂਟ ਹੀ ਲੱਗਣਾ ਮੈਂ ਕਿਹਾ ਕੈਸੀ ਆ ਮੈਂ ਬਿਲਕੁਲ ਠੀਕ ਆ ਤੁਸੀਂ ਸੁਣਾਇਆ ਕੌਣ ਹੈ ਮੈਂ ਜੀ ਨਵਾਂ ਚੱਲਿਆ 6 ਗੇਰਾ ਵਾਲਾ ਹਾਂ 6 ਗੇਰਾ ਵਾਲਾ ਹਾਂ ਅੱਜ ਤੇ ਤੇਰੀ ਮਾਂ ਵੀ ਤੇਰੀ 32 ਸਟੱਪਣੀਆਂ ਵਾਲੀ 32 ਸਟੱਪਣੀਆਂ ਵਾਲੀ ਹਾਂ ਮੈਂ ਕਿਹਾ ਆਪਕੇ ਬਾਲੋਂ ਮੇਂ ਖੁਸ਼ਬੂ ਬੜੀ ਆ ਰਹੀ ਹੈ ਥੈਂਕ ਯੂ ਮੈਂ ਕਿਹਾ ਜੀ ਦਿਨ 'ਚ ਕਿੰਨੀ ਵਾਰੀ ਨਹਾਉਂਦੇ ਹੋ 5-6 ਵਾਰੀ ਨਹਾ ਲੈਂਦਾ 5-6 ਵਾਰੀ ਇਹਦਾ ਮਕਸਦ ਤੁਹਾਡਾ ਕੰਮ ਠੀਕ ਹੈ ਮੈਂ ਕਿਹਾ ਕੁੜੀਏ ਜੀ ਆ ਬੜੇ ਵਾਲ ਖੁੱਲੇ ਛੱਡੇ ਨੇ ਅੱਜ ਸ਼ੇਖਪੁਰ ਦੇ ਕਿਸੇ ਮਲੰਗ ਨਾ ਫਸੀ ਨਹੀਂ ਇੱਥੋਂ ਦੇ ਮਲੰਗ ਨਾ ਫਸੀ ਕਿਉਂ ਅੱਲਾ ਜਾਣਦਾ ਹੈ ਇਹਨਾਂ ਦਾ ਰਿਵਾਜ ਹੀ ਬੜਾ ਪੁੱਠਾ ਹੈ ਕਿ ਇੱਥੇ ਦੌਰੀ ਕਿਸੇ ਦੀ ਡੰਡਾ ਕਿਸੇ ਦਾ ਰਗੜ ਕੋਈ ਜਾਂਦਾ ਹੀ ਆ ਇਸ ਨੂੰ ਕਿਵੇਂ ਪਤਾ ਹੈ ਇਹਨੇ ਦੋ ਇੱਥੇ ਰਗੜਾਈਆਂ ਨੇ ਓ ਮਾਈ ਗੋਸ਼ ਯਾ ਬਾਬ ਇਹ ਬੱਬਰ ਸ਼ੇਰ ਕੁੜੀ ਅੱਛਾ ਜੀ ਇਹ ਜੀ ਕੁੜੀਆਂ ਬੱਸਾਂ ਵਿੱਚ ਕਾਰ ਸੁੱਟ ਕੇ ਮੰਗਦੀਆਂ ਕਿਵੇਂ ਬਾਬੇ ਦੀ ਝੋਲੀ ਵੀ ਸੁੱਟ ਦਿੰਦੀਆਂ ਬਾਬਾ ਨਾ ਤਾਂ ਕਹਿੰਦਾ ਵੇਖੀ ਆਪੇ ਚ ਅੱਲਾ ਜਾਣਦਾ ਔਰ ਇਹ ਜੀ ਕੁੜੀਆਂ ਹਿੰਦੀ ਫਿਲਮਾਂ 'ਚ ਕੰਮ ਕਰਦੀਆਂ ਓਕੇ ਠਾਕਰ ਕਹਿੰਦਾ ਆਜ ਨਹੀਂ ਛੋੜੂਗਾ ਇਸ ਬਿਟੀਆ ਕੋ ਅੱਗੋ ਕਹਿਣਗੀਆਂ ਇਸ ਲਈ ਦਵਾਈ ਅੱਲਾ ਮੇਰੇ ਉਹਨੂੰ ਗੱਲਾਂ ਕਰੀ ਜਾਂਦੇ ਆ ਆਪਣੇ ਵਾਲ ਗੌਰ ਕਰ ਕੀ ਹੈ ਅੱਲਾ ਮੇਰੀ ਤੋਬਾ ਇਹ ਇਸ ਮੂੰਹ ਨਾਲ ਦੁਨੀਆ 'ਚ ਫਿਰਨਾ ਤੈਨੂੰ ਸ਼ਰਮਿੰਦਗੀ ਨਹੀਂ ਹੁੰਦੀ ਅੱਛਾ ਗੌਰ ਨਾਲ ਇਹਦਾ ਮੂੰਹ ਵੇਖੋ ਹਾਂ ਪੁਰਾਣੀ ਇੰਗਲਿਸ਼ ਫਿਲਮਾਂ ਵੇਖੋ ਨਾ ਇਹੋ ਜਿਹੀ ਹਫਸੀ ਮਾਂ ਪਤੀ ਫੜ ਕੇ ਜਨਾਜ਼ੇ ਅੱਗੇ ਰੋਂਦੇ ਨੇ ਟੈਚ ਮੀ ਨਿਓ ਇਸ ਮਾਈ ਕੈਰੀ ਬੜਾ ਨੁਕਸਾਨ ਕੱਢ ਪੈਣ ਕਿਤੇ ਹੋਰ ਵਿਆਹ ਚੱਲ ਖਾਨਾ ਖਰਾਬਾ ਆਪ ਸੇ ਕੌਣ ਕਹਿ ਰਿਹਾ ਕੋਈ ਆਪ ਸੇ ਸ਼ਾਦੀ ਕਰਨਾ ਚਾਹਤਾ ਹੈ ਲੋ ਸ਼ਾਦੀ ਕਰਨਾ ਚਾਹਤਾ ਹੈ ਆਪ ਕਿਸੇ ਸ਼ਰਤ ਕਰੋ ਤੇਰੀ ਮੇਰੀ ਸ਼ਾਦੀ ਹੋ ਜਾਂਦੀ ਤੋ ਫਿਰ ਹਮ ਹਨੀਮੂਨ ਕਾ ਪੇ ਮਨਾਏਂਗੇ ਜੰਗਲ ਚ ਅਗੇ ਵਾਪ ਸ਼ੇਰ ਆ ਗਿਆ ਤੋ ਹੁਣ ਨਹੀਂ 5 ਸਾਲ ਆਉਦਾ ਹੁਣ ਨਹੀਂ ਆਉਂਦਾ ਪੂਰੇ 5 ਸਾਲ ਸ਼ੇਰ ਨਹੀਂ ਆਉਣਾ ਹੀ ਨਹੀਂ ਆਉਣਾ ਕਿਤੇ ਹੁਣ ਪਰ ਨਹੀਂ ਆਉਂਦਾ ਬਾਈ ਨਹੀਂ ਆ ਵਾਪ ਐਕਸਪਾਇਰ ਹੋ ਚੁੱਕੇ ਉਹ ਤੁਸੀਂ ਬਜ਼ੁਰਗ ਆਦਮੀ ਹੋ ਸ਼ੇਰ ਦੇ ਬਾਬਾ ਜੀ ਤੁਸੀਂ ਵੱਡੇ ਔਰ ਵੱਡੇ ਬਾਤ ਦੇ ਬਜ਼ੁਰਗ ਸਾਡੇ ਕੀ ਬਾਤ ਸਦਾ ਦੇ ਔਰ ਕੀ ਬਾਤ ਕੁੜੀਏ ਅੱਲਾ ਦੀ ਕਸਮੇ ਕਿੰਨੀ ਸੋਹਣੀ ਲੱਗਣ ਦੀ ਹਾਂ ਕ੍ਰੀਮ ਕਿਹੜੀ ਲਾਉਣੀ ਫੇਰ ਲੱਭੀ ਮੈਂ ਵੀ ਲਾਉਣਾ ਕੌਣ ਸੀ ਗ੍ਰੀਸ ਗ੍ਰੀਸ ਹਾਂ ਸਾਡਾ ਟੁੱਟ ਭਾਈ ਦਾ ਕੰਮ ਹੈ ਨਾ ਪਾਣ ਐ ਵੀ ਲਾਉਂਦਾ ਹਾਂ ਜੀ ਅੱਲਾ ਮਾਫ ਕਰੇ ਕਿਹੜੀ ਆਇਓਡੈਕਸ ਆਇਓਡੈਕਸ ਹਾਂ ਜੀ ਇਹ ਕੱਲਾ ਕਾਲਾ ਨਹੀਂਗਾ ਹਾਂ 7-8 ਭਰਾ ਮਜ਼ੀਦ ਕਾਲੇ ਨੇ ਬਾਹਰ ਕੋਈ ਦਿਖਾਇਆ ਵਾਈਟ ਹਾਊਸ ਹਾਂ ਤੇ ਆਪ ਕਿੱਡਾ ਗਰੀਬ ਆਦਮੀ ਅੱਲਾ ਮਾਫ ਕਰੇ ਹਾਂ ਲਾਵੇ ਨੇ ਬਾਥਰੂਮ ਚੋਂ ਨਿਕਲਿਆ ਤਾਂ ਮੂੰਹ ਵੇਖ ਕੇ ਚੂੜੇ ਦਾ ਅਸਰ ਨਿਕਲ ਗਿਆ ਉਹ ਕਹਿੰਦਾ ਬਾਈ ਤੇਰੇ ਕੋਲ ਪੈਸੇ ਲਵਾਂ ਜਾਂ ਤੈਨੂੰ ਦਵਾਂ ਐ ਜਬਰ ਅੱਛਾ ਕਿੰਨੀਆਂ ਗੱਲਾਂ ਕਰਨੇ ਇਹੋ ਇਹੋ ਜਿਹੇ ਬੰਦੇ ਹਾਜੀਆਂ ਦੇ ਜਹਾਜ਼ 'ਚ ਬਹਿ ਕੇ ਸੋਚਦੇ ਨੇ ਯਾਰ ਮੈਂ ਬਗੈਰਤ ਜਿਹਾ ਬੰਦਾ ਕਿਤੇ ਲਾ ਹੀ ਨਾ ਤੇ ਲੋ ਬਗੈਰਤ ਜਿਹਾ ਬੰਦਾ ਹਾਂ ਅੱਲਾ ਮਾਫ ਕਰੇ ਭਾਈ ਜਾਨ ਇਹ ਹਕੀਕਤ ਨੂੰ ਵਾਕਿਆ ਔਰ ਇਹ ਮੈਂ ਕੋਲੋਂ ਦੇ ਕਹਿਣ ਦਿਆ ਇਹਦੇ ਘਰ ਧੀ ਹੋਈ ਤੇ ਆਪਦੀ ਬੁੱਢੀ ਨੂੰ ਕੁੱਟਣ ਲੱਗ ਗਿਆ ਕਹਿੰਦਾ ਸਾਲੀਏ ਤੈਨੂੰ ਕਿਹਾ ਸੀ ਮੁੰਡਾ ਜੰਮੀ ਅੱਗੋਂ ਦੀ ਬੁੱਢੀ ਕਹਿੰਦੀ ਕੰਜਰਾ ਮੈਂ ਤੇਰੇ ਤੋਂ ਰਹਿੰਦੀ ਤੇ ਇਹ ਵੀ ਨਹੀਂ ਸੀ ਹੋਣੀ ਆ ਪਰ ਕੋਈ ਗੱਲ ਤਾਂ ਚੱਜ ਦੀ ਕਰ ਦਿਓ ਖੱਚਾ ਮਾਰਨ ਦੇ
ਬਸ ਇਹਨਾਂ ਕੁੜੀਆਂ ਦੇ ਬਾਰੇ ਅੱਲਾ ਮਾਫ ਕਰੇ ਮੈਂ ਸ਼ੇਅਰ ਕਰ ਰਿਹਾ ਕਿ ਸੀਨ ਸੋਹਣੇ ਉੱਤੋਂ ਆਪ ਸੋਹਣੇ ਉੱਤੋਂ ਹੁਸਨ ਦਾ ਨਖਰਾ ਕਮਾਲ ਕਰਦੇ ਅੱਖ ਵਿੱਚ ਕੱਜਲ ਤੀਰ ਵਾਂਗੂ ਜਦੋਂ ਵੇਖਦੇ ਸੀਨੇ ਉਹ ਪਾਰ ਕਰਦੇ ਹੋਵੇ ਮਹਿਫਲ ਦੇ ਆਖਿਰ ਤੇਰੇ ਆ ਕੱਲਿਆਂ ਜ਼ੁਲਮ ਹਜ਼ਾਰ ਕਰਦੇ ਉਹ ਸਾਡੇ ਮੁਲਕ ਦਾ ਬਹਾਦਰ ਇਹਨਾਂ ਸੋਹਣਿਆਂ ਦਾ ਖਹਿਰਾ ਇਹ ਨਹੀਂ ਉਹ ਦਿਲੋਂ ਕਿਸੇ ਨਾਲ ਪਿਆਰ ਕਰਦੇ ਜਾਓ ਚਾਹ ਸਪੀ ਜਾ ਕੇ ਬੜਾ ਤੇਰਾ ਹਿੰਦੂ ਦੀ ਧੁੰਨੀ ਅਰ ਗਮੂ ਜਾਓ ਆਪਣੇ ਅੰਦਰ ਜਾਣਾ ਮਾਰੇ ਅੱਛਾ ਇਥੋਂ ਇਹ ਕਪੜੇ ਚੁਗਲੇ ਚਿਕਨ ਨੰਗਣ ਗਏ ਹੈ ਯਾਰ ਕੁੜੀ ਬਹੁਤ ਸੋਹਣੀ ਸੀ ਯਾਰ ਅੱਛਾ ਜੀ ਇਹ ਕੁਛ ਨਹੀਂ ਆਪਣੀਆਂ ਵਹਾ ਲਿਆ ਕਿਹੜੀਆਂ ਵਹਾਵਾ ਮਾਸ਼ਾਅੱਲਾ ਮਾਸ਼ਾਅੱਲਾ ਕੀ ਬੜਾ ਮੋਢੇ ਨੂੰ ਸਾਫ਼ ਰੱਖਿਆ ਆਹੋ ਸਾਰੀਆਂ ਵਿਆਹ ਬੈਠਾ ਕੀ ਬਾਤ ਬੱਬਰ ਸ਼ੇਰ ਆ ਗਈ ਅੱਛਾ ਜੀ ਯਾਰ ਮੁਸਲਮਾਨ ਹੈ ਹਾਂ ਇੱਕ ਸਵਾਲ ਦਾ ਮੈਨੂੰ ਜਵਾਬ ਦੇ ਦਿਓ ਪੁੱਛੋ ਆ ਜਦੋਂ ਮੁਸਲਮਾਨ ਮਰਦਾ ਹੈ ਇਹਨੂੰ ਦਫਨਾਉਂਦੇ ਕਿਉਂ ਨੇ ਜਦੋਂ ਹਿੰਦੂ ਮਰਦਾ ਇਹਨੂੰ ਸਾੜਦੇ ਕਿਉਂ ਨਹੀਂ ਪਤਾ ਉਹ ਚੱਲਿਆ ਸਿੱਧੀ ਸਿੱਧੀ ਗੱਲ ਹੈ ਖਜ਼ਾਨਾ ਹਮੇਸ਼ਾ ਸੰਭਾਲਿਆ ਜਾਂਦਾ ਤੇ ਗੰਧ ਹਮੇਸ਼ਾ ਸਾੜਿਆ ਜਾਂਦਾ ਇਹਦਾ ਭਰਾ ਤੈਨੂੰ ਸਾੜਨਾ ਹੈ ਆਹੋ ਯਾਰ ਕੀ ਕਰਾਂ ਤੈਨੂੰ ਪਰਾ ਮਾਰਿਓ ਕਿਉਂ ਮਰਾਂ ਅੱਲਾ ਤੇਰੀ ਤੋਬਾ ਅੱਲਾ ਤੂੰ ਕੰਮ ਹੀ ਕਰ ਲਿਆ ਕਰ ਉਹ ਮਰੇ ਮੈਂ ਕੰਮ ਹੀ ਕਰਨ ਰਿਹਾ ਸਾਰੇ ਕੰਮ ਤਾਂ ਮੈਂ ਕਰਕੇ ਮਾਮਾ ਸਾਰੀ ਤਨਖਾਹਾਂ ਤੂੰ ਆਪੇ ਲੈ ਜਾਂਦਾ ਪਰੇਸ਼ਾਨ ਕਰਨ ਰਿਹਾ ਮੈਨੂੰ ਚਬੜਾ ਜਿਹਾ ਕਿਹੜੀਆਂ ਤਨਖਾਹਾਂ ਨਾ ਮੈਨੂੰ ਮਿਲੀ ਨਾ ਤੁਹਾਨੂੰ ਮਿਲੀ ਬਤਮੀਜ ਨੇ ਕਰਿਆ 6 ਮਹੀਨੇ ਹੋ ਗਏ ਸਾਹਿਬ ਨੇ ਮੈਨੂੰ ਤਨਖਾਹ ਨਹੀਂ ਦਿੱਤੀ ਅੱਛਾ ਜੀ ਮੈਂ 1 ਸਾਲ ਹੋਰ ਵੇਖਣਾ ਫਿਰ ਮੈਂ ਜਵਾਬ ਦੇ ਦੇਣਾ ਹਾਂ ਠੀਕ ਠੀਕ ਮੈਂ ਕਿਹਾ ਬਾਈ ਜੀ ਤੁਸੀਂ ਅੱਲਾ ਦੇ ਨਾਮ ਤੇ ਰੋਟੀ ਦਿਓ ਏ ਬਾਈ ਜੀ ਅੰਮੀ ਘਰ ਕੋਈ ਨਹੀਂ ਰੋਟੀ ਮੰਗੀ ਅੰਮੀ ਨਹੀਂ ਬਾਪ ਬਾਣ ਤੇ ਕੌਣ ਆ ਗਿਆ ਕੋਈ ਪਾਟਾ ਪੁਰਾਣਾ ਕਪੜਾ ਦਿਓ ਆ ਕੁਛ ਨਹੀਂ ਕੋਈ ਰੁਪਈਆ ਪੈਸਾ ਦਿਓ ਹੈ ਨਹੀਂ ਆ ਕੋਈ ਸ਼ੈ ਨਹੀਂ ਬਾਈ ਘਰ ਕੁਛ ਵੀ ਨਹੀਂ ਕੁਛ ਨਹੀਂ ਨਹੀਂ ਦੋ ਮਿੰਟ ਅੰਦਰ ਰਹਿਣ ਦਿਓ ਨਾਮੁਰਾਦਾ ਬਾਈ ਜੀ ਹਾਂ ਮੈਂ ਕਿਹਾ ਜਿਹਨੇ ਤੁਹਾਡਾ ਕਾਰ ਪਾਟਾ ਹੈ ਐਂ ਤੁਹਾਡੀਆਂ ਬੱਚੀਆਂ ਵੀ ਪਾਟੀਆਂ ਲਾਨਤ ਤੇਰੇ ਤੇ ਚੌੜਾ ਜਿਆ ਇੱਕ ਮਿੰਟ ਯਾਰ ਭਾਈ ਜੀ ਨੇ ਬੜਾ ਤਾਰਫ ਕਰਾਉ ਤੁਸੀਂ ਕੌਣ ਹੋ ਮੇਰਾ ਬਤਮੀਜ਼ ਨੇ ਕਰ ਮੈਂ ਤੇਰੇ ਜੁੱਤੀਆਂ ਨਾ ਮਾਰ ਬਾਈ ਜੀ ਸ਼ਾਦੀ ਦਫਤਰ ਆਹੀ ਆਹੋ ਸ਼ਾਦੀ ਠੋਕਣ ਆਇਆ ਉਹ ਭਾਈ ਜੀ ਨੇ ਸ਼ਾਦੀ ਠੋਕੀ ਦੀ ਨਹੀਂ ਸ਼ਾਦੀ ਕਰੀ ਦੀ ਬਾਈ ਜੀ ਸਾਡਾ ਪੀਟ ਠੋਕਦੇ ਨੇ ਕਿਸ ਤਰ੍ਹਾਂ ਆ ਮੇਰਾ ਵੱਡਾ ਭਰਾ ਦਾ ਵਿਆਹ ਹੋਇਆ 5 ਸਾਲ ਹੋ ਗਏ ਨੇ ਬੱਚੀ ਬੱਚਾ ਕੋਈ ਨਹੀਂ ਕਿਉਂ ਠੁੱਕੀ ਨਹੀਂ ਹਾਂ ਠੁੱਕੀ ਨਹੀਂ ਕਿਹੜੀ ਠੁੱਕੀ ਨਹੀਂ ਹੈ ਕਿਹੜੀ ਨਹੀਂ ਠੁੱਕੀ ਹੈ ਕੌਣ ਇਹਨੂੰ ਇਹਨੇ ਐਵੇਂ ਠੀਕ ਹੋਣਾ ਭਾਈ ਜਾਨ ਮਿੱਤਰੋ ਇਹਨੂੰ ਇੱਕ ਅੱਧੀ ਖੁਰਾਕ ਸੋਹਣੀ ਦੇਣੀ ਪੈਣੀ ਹੈ ਹਾਂ ਬਈ ਮਾਂ ਟਿੱਟੀ ਮਾਂ ਅੱਛਾ ਜੀ ਆਪੇ ਕਹਿਣ ਆਪੇ ਤੇ ਕਹਿਣ ਦੇ ਮਾਂ ਟਿੱਟੀ ਮੈਂ ਤਾਂ ਭਾਈ ਮੁਸਲਮਾਨ ਮੈਂ ਤਾਂ ਸੁਲਾ ਮਾਰਨਾ ਭਾਈ ਜੀ ਤੁਸੀਂ ਮੈਨੂੰ ਪਹਿਚਾਣਿਆ ਨੇ ਤੂੰ ਲਾਸ਼ ਲਾਸ਼ ਹੈ ਤੂੰ ਭਾਈ ਜੀ ਮੈਂ ਸ਼ਾਦੀ ਕਰਾਉਣ ਆਇਆ ਇੱਥੇ ਸ਼ਾਦੀ ਕਰਾਉਣਾ ਹੈ ਹਾਂ ਅੱਛਾ ਤੇ ਸਭ ਹਾਂ ਕੀ ਸਦੀ ਉਹ ਕਿਹਨੂੰ ਸਦੀ ਦੇ ਮਰੇ ਭਾਈ ਜੀ ਸ਼ਾਦੀ ਦਫ਼ਤਰ ਹੀ ਹੈ ਨਾ ਹਾਂ ਜੀ ਤੇ ਸਦੋ ਉਹ ਭਾਈ ਇੱਕ ਮਿੰਟ ਸਦਨਾ ਕਿਉਂ ਹੈ ਸਦੋ ਲੈ ਵੱਖਰਾ ਹੀ ਮਾਮਾ ਆਇਆ ਬਾਹਰੋਂ ਆਇਆ ਸ਼ਾਇਦ ਠੋਕਣਾ ਆਇਆ ਸਦੋ ਉਹ ਸਦਨਾ ਕਿਹਨੂੰ ਭਾਈ ਕੌਣ ਹੈ ਤੂੰ ਕੋਈ ਔਰਤ ਸਦੋ ਮਰੇ ਅਸੀਂ ਟਿਕਸਾ ਦਿਓ ਐ ਔਰ ਸਦੀ ਟੋਤੀ ਵਿਆ ਬੱਚਿਆ ਸਾਨੂੰ ਕੰਗਲਾ ਸਮਝਦੇ ਪਏ ਓਏ ਵਾਹ ਪੈਸੇ ਹਾਂ ਪਾਰਟੀ ਆਈ ਵੀ ਪਾਰਟੀ ਬਬਰ ਸ਼ੇਰ ਭਾਈ ਜੀ ਪੈਸੇ ਲੈ ਲੈ ਜੇ ਹਾਂ ਜੀ ਤੇ ਸਦੋ ਕੀ ਸਦੋ ਉਹ ਗੱਲ ਸੁਣ ਭਾਈ ਮੈਨੂੰ ਉਸ ਨੂੰ 10,000 ਦੇ ਦੇ ਮਕਾਨ ਦਾ ਕਿਰਾਇਆ ਦੇਣਾ ਭਾਈ ਜੀ ਹਾਂ ਸਦੋ ਗੱਲ ਸੁਣ ਯਾਰ ਹਾਂ ਜੀ ਬਤਮੀਜ਼ੀ ਨੇ ਕਰ ਆਪਣਾ ਸਹੀ ਤਰਫ ਕਰ ਤੂੰ ਹੈ ਕੌਣ ਭਾਈ ਜੀ ਸ਼ਾਦੀ ਕਰਾਉਣ ਆਇਆ ਸਦੋ ਸਦੋ ਤੇਰੇ ਪਿਓ ਦਾ ਕੀ ਨਾਮ ਹੈ ਸਦੋ ਤਲਾਨ ਤੇਰੀ ਮਾਂ ਦਾ ਕੀ ਨਾਮ ਹੈ ਸਦੋ ਤੇਰੀ ਫੁੱਫੋ ਦਾ ਕੀ ਨਾਮ ਹੈ ਸਦੋ ਤੇਰੀ ਮਾਮੀ ਦਾ ਕੀ ਨਾਮ ਹੈ ਸਦੋ ਤੇਰੇ ਛੋਟੇ ਭਰਾ ਦਾ ਕੀ ਨਾਮ ਹੈ ਸਦੋ ਭਾਈ ਜੀ ਗੱਲ ਸੁਣੋ ਇਹਦੀ ਸੀੜੀ ਫਸੀ ਖਾਣਾ ਕਰਾ
ਇਹਦੀ ਸੀੜੀ ਬਿਲਕੁਲ ਫਸੀ ਇਹਨੇ ਜਨਾਬ ਨੂੰ ਮਾਰ ਖਾ ਲਈ ਸੀ ਕਿਵੇਂ ਸਾਰੇ ਕਹਿਣ ਦੇ ਕਲਮਾ ਸ਼ਾਹ ਦੇ ਕੱਲੇ ਹੀ ਕਹਿਣਾ ਸੀ ਸੱਦੋ ਤੇ ਬੜਾ ਹੀ ਜਾ ਰਹੇ ਆ ਆਹੋ ਹੈ ਹਾਂ ਇਸ ਘਰ ਚ ਔਰਤ ਕੋਈ ਨਹੀਂ 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 ਆ ਫਿਰ ਤੂੰ ਓਏ ਉਹ ਭਾਜੀ ਮੈਂ ਇਸ ਦੇਖੋ ਸਕੂਲ ਛੱਡਿਆ ਆ ਬਾਈ ਸੁਲੇਮਾਨ ਦੁਆ ਖਾਨੇ ਤੂੰ ਦਵਾਈ ਖਾ ਬੈਠਾ ਦਵਾਈ ਖਾ ਬੈਠਾ ਹਾਂ 1 ਘੰਟੇ ਦਾ ਟਾਈਮ ਹੈ ਅੱਛਾ ਤੇ ਸੱਦੋ ਯਾਰ ਤੂੰ ਭਜਨ ਸਾਰੇ ਭਰਾ ਤਾਰੀ ਮਾਰ ਦਿਓ ਜੇ ਮਰ ਜਾਣਾ ਕਿਤੇ ਖਾਣਾ ਖਰਾਬ ਨਹੀਂ ਤੇ ਬੜਾ ਚੱਪਾ ਤੂੰ ਹਾਈ ਕਿਸੇ ਨੇ ਖੱਤੀ ਮਾਰ ਦਾ ਬੱਚਾ ਉਹ ਮਾਂ ਦੇ ਬਾਰੇ ਅੱਜ ਨਹੀਂ ਕਹੀਦਾ ਕਿਉਂ ਮਾਂ ਦੇ ਬਾਰੇ ਸ਼ਾਇਰ ਕਹਿੰਦਾ ਕੀ ਕਹਿੰਦਾ ਫੁੱਲ ਨਾ ਫੁਨਕਾਰ ਜਿੰਦਾ ਹਾਂ ਫੁੱਲ ਨਾ ਫੁਨਕਾਰ ਜਿੰਦਾ ਤੇ ਦੌਰ ਤਰ੍ਹਾਂ ਦੇ ਇਨਸਾਨ ਜਿੰਦਾ ਦੁਨੀਆ ਤੇ ਪੈ ਜੇ ਖੁਸ਼ ਨਸੀਬ ਉਹ ਬੰਦਾ ਜੇ ਜਿਹਦੀ ਦੁਨੀਆ ਤੇ ਮਾਂ ਜਿੰਦਾ ਆ ਵਾਕੇ ਸਹੀ ਕਿਹਾ ਯਾਰ ਦੁਨੀਆ ਜਿਹਨੇ ਮਾਂ ਦਿੰਦਾ ਹਾਂ ਗਈਏ ਵਿਗੜ ਗਈਏ ਥੋੜੇ ਬਿਨਾ ਤੋ ਪੀਣੀ ਪਈਏ ਥੋੜੇ ਦਿਨਾਂ ਤੋਂ ਵਿਗੜ ਗਈਏ ਥੋੜੇ ਦਿਨਾਂ ਤੋਂ ਥੋੜੇ ਦਿਨਾਂ ਤੋਂ ਅਸਲਾਮ ਵਾਲੇਕੁਮ ਭਾਈ ਮਲਕ ਰਿਆਤ ਪੈ ਰਹੀ ਆ ਤੁਹਾਨੂੰ ਹਾਂਜੀ ਜੀ ਸ਼ੇਖਪੁਰੇ ਦਾ ਭਾਈ ਲਓ ਜੀ ਜਾਲ ਪੈਂਚਰ ਹੋ ਗਿਆ ਜੀ ਅੰਨੀ ਦੇ ਪੈਂਚਰ ਨਹੀਂ ਹੋਇਆ ਤੇਰੀ ਮਾਂ ਦੀ ਛਾਉਣੀ ਚ ਲੈਂਡ ਕੀਤਾ ਚੱਲ ਹਵਾ ਪਰ ਲੱਭ ਪਿਆ ਆਹੋ ਤੇ ਅੱਗੋਂ ਵਾਲ ਚੱਕ ਤੇਰੇ ਪਿਓ ਨੇ ਕਰਨਾ ਵਾਲ ਚੱਕ ਕਰਾ ਆਹੋ ਆ ਪੰਜ ਨੂੰ ਹੁਣੇ ਦੇ ਵਾਲ ਚੱਕ ਕਰਨਾ ਆਹ ਵਾਲੇ ਨਹੀਂ ਹਾਂ ਆ ਕੱਛਾਂ ਵਾਲੇ ਅੱਛਾ ਚੱਲ ਹਵਾ ਪਰ ਲਓ ਜੀ ਕੁੱਤਾ ਸਟੈਂਡ ਤੇ ਲੱਗ ਗਿਆ ਉਹ ਸਿਆਣੇ ਨੇ ਉਹਨਾਂ ਨੂੰ ਪਤਾ ਕੁੱਤਾ ਦੇ ਹਵਾ ਭਰਨ ਦੇ ਆ ਚੱਲ ਹੁਣ ਬਸ ਕਰ ਟੂਬ ਆਣੀ ਅੰਨੀ ਦੇ ਘੱਟ ਕਰ ਥੋੜੀ ਸਾਲੇ ਜਲੇਬੀ ਕਿਉਂ ਨਹੀਂ ਜਾਣਦੇ ਆਪੇ ਹੀ ਕਹਿੰਦਾ ਸਾ ਮੈਂ ਮੂੰਹ ਮਿੱਠਾ ਕਰਨਾ ਮੂੰਹ ਮਿੱਠਾ ਮੈਂ ਇਹਦਾ ਮੂੰਹ ਮਿੱਠਾ ਕਰਨਾ ਯਾਰ ਗੱਲ ਸੁਣ ਮੇਰੀ ਬੜੀ ਦੂਰੋਂ ਤੁਹਾਡਾ ਸੁਣ ਕੇ ਆਏ ਆ ਭਾਈ ਅੱਛਾ ਜੀ ਯਕੀਨ ਮੰਨੋ ਵਿਆਹ ਕਰਾ ਦਿਆ ਮਸਕੀਨ ਆਦਮੀ ਦਾ ਵਿਆਹ ਕਰਾ ਦਈਏ ਆਹੋ ਸਾਡੀ ਕੁੱਤੀ ਨੇ ਹਲੇ ਬੱਚੇ ਨਹੀਂ ਦਿੱਤੇ ਤੇ ਤੂੰ ਅੱਖਾਂ ਕਿਵੇਂ ਖੋਲ ਲਈ ਬੜੀ ਸਮਝ ਆਉਂਦੀ ਨਾ ਯਾਰ ਪਤਾ ਨਹੀਂ ਓਏ ਯਾਰ ਭਾਈ ਮੇਰਾ ਵਿਆਹ ਕਰਾ ਦੇ ਤੇਰੀ ਮਿਹਰਬਾਨੀ ਅੱਛਾ ਅੱਗੇ ਸਾਡੇ ਹਾਲਾਤ ਨਹੀਂ ਠੀਕ ਹਾਲਾਤ ਨਹੀਂ ਠੀਕ ਆ ਵੇਖੋ ਐਡੀ ਮਹਿੰਗਾਈ ਹੋ ਗਈ ਏ ਆਹੋ ਦੁਨੀਆ ਨੇ ਕਿੰਨਾ ਜਲੂਸ ਕੱਢਿਆ ਹਾਂ ਆ ਪਾਊਡਰ ਮਹਿੰਗਾ ਹੋਇਆ ਸੀ ਡਰਦੇ ਹੜਤਾਲ ਜਲੂਸ ਨਹੀਂ ਕਰ ਰਹੇ ਕਿਉਂ ਗਵਰਨਮੈਂਟ ਕਿਤੇ ਇਕੱਠੇ ਵੇਖ ਕੇ ਮਾਰ ਹੀ ਨਾ ਦੇਵੇ ਆਹ ਨਾਲੇ ਗੱਲ ਸੁਣੇ ਓ ਲੰਚ ਜਾ ਹਾਂ ਉਹ ਤੇਰੀ ਮਿਹਰਬਾਨੀ ਤੂੰ ਮੰਨ ਜਾਵੇਂ ਜਾਂ ਨਸ਼ਾ ਕਰਨਾ ਛੱਡ ਦੇ ਉਹ ਭੈੜੇ ਕੌਣ ਨਸ਼ਾ ਕਰਦਾ ਈ ਹਾਂ ਓਏ ਅਸੀਂ ਤੇ ਆਪਣੀ ਗਵਰਨਮੈਂਟ ਦਾ ਸਾਥ ਦੇ ਰਹੇ ਆ ਕਿਸ ਤਰ੍ਹਾਂ ਆ ਸਾਡਾ ਸਦਰ ਨਹੀਂ ਕਹਿੰਦਾ ਮਨਸ਼ਿਆਤ ਮੁਕਾਓ ਹਾਂ ਪੀ ਪੀ ਕੇ ਮੁਕਾਉਣ ਦਾ ਹਾਂ ਉਹ ਪਾਗਲਾ ਤੈਨੂੰ ਪਤਾ ਕੀ ਆ ਸਾਡਾ ਸੋਹਣਾ ਪਾਕਿਸਤਾਨ ਦੁਨੀਆ ਟੈਨਸ਼ਨ ਤੇ ਮੁਸੀਬਤ ਨਾਲ ਬਣਿਆ ਕਿਵੇਂ ਉਹ ਜਿਹਦੇ ਬਾਰੇ ਕਿਸੇ ਸ਼ਾਇਰ ਨੇ ਆਖਿਆ ਕਿ ਸੀਨੇ ਦੇ ਵਿੱਚ ਬਲਮਾਂ ਟੁੱਟੀਆਂ ਸਿਰ ਕਲਮ ਹੋਏ ਤੇ ਕਲਮਾਂ ਟੁੱਟੀਆਂ ਇੱਜ਼ਤ ਦੀ ਉਸ ਟਹਿਣੀ ਨਾਲੋਂ ਅਜ਼ਰਾ ਬਾਨੋ ਸਲਮਾ ਟੁੱਟੀਆਂ ਓਏ ਤਾਂ ਜਾ ਕੇ ਇਹ ਮੌਕਾ ਬਣਿਆ ਪਾਕਿਸਤਾਨ ਕੋਈ ਸੌਖਾ ਬਣਿਆ ਕੀ ਕੱਛਾਂ ਦੇ ਵਿੱਚ ਬਗਲਾਂ ਵਧੀਆਂ ਹਾਂਜੀ ਕੱਛਾਂ ਦੇ ਵਿੱਚ ਬਗਲਾਂ ਵਧੀਆਂ ਵੱਧ ਵੱਧ ਕੇ ਬਹੁਤ ਹੀ ਵਧੀਆਂ ਤਾਂ ਜਾ ਕੇ ਇਹ ਮੌਕਾ ਬਣਿਆ ਕੰਜਰ ਕੋ ਸੌਖਾ ਬਣਿਆ ਖੱਬੇ ਹੱਥੋਂ ਜਾਨ ਛਡਾਉਣ ਦੀ ਖਾਤਰ ਤੇ ਮੈਂ ਵਿਆਹ ਕਰਾਉਣਾ ਯਾਰ ਕੀ ਬਦਤਮੀਜ਼ ਕਰ ਰਹੇ ਯਕੀਨ ਮੰਨੋ
ਹੁਣ ਤੇ ਪਰਚੂਨ ਦੀ ਦੁਕਾਨ ਤੇ ਸਾਬਣ ਲੈਣ ਜਾਈਏ ਉਹ ਗਾਲਾਂ ਕੱਢਦਾ ਕਿਉਂ ਉਹ ਕਹਿੰਦਾ ਕੰਜਰਾ ਅਸੀਂ ਨਹਾਉਣ ਨਹੀਂ ਰੱਖਿਆ ਤੂੰ ਬੁਲਬਲੇ ਬਣਾਉਂਦਾ ਰਹਿੰਦਾ ਹੱਥ ਦੀਆਂ ਲਕੀਰਾਂ ਕੱਸ ਗਈਆਂ ਨੇ ਅੱਛਾ ਚੱਲ ਸਪੀ ਪੀ ਕੇ ਕੋਈ ਔਰਤ ਬੁਲਾ ਦੇ ਤੇਰਾ ਤੇ ਗੈਰਤ ਨਾਲ ਤੱਲਕ ਹੀ ਕੋਈ ਨਹੀਂ ਸਹੀ ਬੜੇ ਚਵਲ ਨੇ ਮੈਨੂੰ ਸਮਝ ਨਹੀਂ ਆਉਂਦੇ ਤੇਰੇ ਕਹਿੰਦੇ ਯਾਰ ਮੇਰੇ ਪਾਣੀ ਦਾ ਗਲਾਸ ਪਿਆ ਦੇ ਕਹਿੰਦੇ ਮੇਰੇ ਕੋਲ ਤੁਰਿਆ ਨਹੀਂ ਜਾਂਦਾ ਤੇ ਏਡੇ ਕੰਜਰ ਨੇ ਰਾਤ ਨੂੰ 2:30 ਮਨ ਦਾ ਗਾਰਡਨ ਲੈ ਕੇ ਦੌੜ ਜਾਂਦੀ ਰਾਤੀ ਮੈਂ ਦੀ 5 ਮਨ ਦੀ ਮਾਂ ਚੁੱਕ ਕੇ ਦੌੜ ਗਏ ਕਸਮ ਲੈ ਲਓ ਭਾਜੀ 3 ਮਹੀਨੇ ਉੱਥੋਂ ਧੂੰਆਂ ਨਹੀਂ ਬੰਦ ਹੋਇਆ ਇੰਡੀਆ ਵਾਲੇ ਸਮਝਦੇ ਰਹੇ ਇੱਥੇ ਬੰਬ ਡਿੱਗ ਪਏ ਆ ਗਈ ਜੇ ਸ਼ੇਖਪੁਰੇ ਦੇ ਬਾਬੇ ਢਿੱਲੇ ਕਰਨ ਵਾਲੀ ਆਪਣਾ ਤੂੰ ਕੌਣ ਹੈ ਉਹ ਹੀ ਬਾਬੇ ਘਰ ਲੈ ਜਾ ਕੇ ਮੂੰਹ ਨਾਲ ਟੈਗ ਕਰਨ ਵਾਲੀ ਦੇ ਬੱਚਿਆ ਓ ਨਸ਼ਈਆ ਤੂੰ ਕੌਣ ਹੈ ਵੀ ਲੈਣ ਦੇ ਬੱਚੇ ਜੰਮਣ ਵਾਲੀ ਹੈ ਓ ਮੈਂ ਨਾ ਤੇਰੇ ਨਾਲ ਵਿਆਹ ਕਰਨਾ ਚਾਹ ਰਿਹਾ ਸ਼ਹਿਜ਼ਾਦੀਏ ਮੈਂ ਵਿਆਹ ਕਰਨਾ ਚਾਹਨਾ ਹੈ ਕਰ ਲੈ ਮੂੰਹ ਵੇਖੀ ਨਸ਼ਈਆ ਲੈ ਵਿਆਹ ਚ ਮੂੰਹ ਦਾ ਕੀ ਕੰਮ ਮੂੰਹ ਅੱਗੇ ਸਿਹਰਾ ਆ ਜਾਣਾ ਅੱਗੋਂ ਕੰਮ ਮੇਰਾ ਆ ਜਾਣਾ ਤੇਰੀ ਚਿੜੀ ਨੂੰ ਮੌਤ ਪਈ ਬਟੇਰੇ ਉਡਾਈ ਜਾ ਰਹੀ ਇਹਨੂੰ ਭਾਅ ਜੀ ਸਮਝਾਓ ਨਸ਼ਈ ਤੇ ਕੰਧ ਤੇ ਚੜ ਜਾਣ ਤੇ 3-3 ਘੰਟੇ ਨਹੀਂ ਲੈਂਦੇ ਕਰਮਾ ਲਈਏ ਵਿਆਹ ਕਰ ਵਿੱਚੋਂ ਜਿਹੜੇ ਕੰਮ ਆਈ ਉਹ ਕਰਕੇ ਜਾ ਲੈ ਪੂਰੀ ਬਰਾਦਰੀ ਚ ਬੱਲੇ ਬੱਲੇ ਹੋ ਜਾਏਗੀ ਕਾਦੀ ਬੱਲੇ ਬੱਲੇ ਹੋ ਜਾਏਗੀ ਸ਼ਰੀਕਾ ਕਹੇਗਾ ਕੁੜੀ ਨਵਾਬਾਂ ਘਰ ਵਿਆਹੀ ਗਈ ਜੰਜ ਨਾਲ ਜਹਾਜ਼ ਆਇਆ ਸਨ ਤੁਹਾਡਾ ਵਿਆਹ ਹੋਇਆ ਯਕੀਨ ਮੰਨੋ ਸਾਡੀ ਫੀਲਡ ਦੀ ਜਿਹੜੀ ਕੁੜੀ ਨੂੰ ਪੁੱਛੋ ਕਹਿੰਦੀ ਵਿਆਹ ਹੀ ਨਹੀਂ ਹੋਇਆ ਹਾਲਾਂਕਿ ਬੱਚੇ ਜੰਮਣੇ ਉਦੋਂ ਹੱਟਦੀਆਂ ਜਦੋਂ ਦਾਈ ਹੱਥ ਜੋੜ ਕੇ ਗਏ ਕੌਸਰ ਬੱਸ ਘਰ ਹੁਣ ਰੇਤ ਆਉਣ ਲੱਗ ਪਈ ਜਿਹੜੀ ਹਰ ਸਾਲ ਬੰਦਾ ਲੈਂਦੀ ਐਤਕੀ ਇਸ ਸਾਲ ਸਾਨੂੰ ਤੇ ਵਿਚੋਲਾ ਲੱਭੇ ਅੱਛਾ ਜੀ ਬਕਵਾਸ ਕਰ ਰਹੇ ਮੇਰੇ ਇਸ਼ਕ ਦੀ ਗੱਲ ਕਰੋ ਕੋਈ ਹਾਂਜੀ ਯਕੀਨ ਮੰਨ ਵੇਖ ਤੇਰੀ ਮੇਰੀ ਚ ਸੁਹਾਗਰਾਤ ਹੁੰਦੀ ਹੋਏ ਉੱਤੋਂ ਛਾਪਾ ਪੈਜੇ ਤੇ ਤੂੰ ਇਜ਼ੀ ਕਹਿ ਸਕਦੀ ਮੇਰਾ ਭਰਾ ਇਹਨੂੰ ਸਮਝਾਉਣ ਨਹੀਂ ਹੈ ਪਾਊਡਰ ਛੱਡ ਦੇ ਸਾਨੂੰ ਤੇ ਅਜੇ ਪਹਿਲੇ ਸਿਲਸਿਲੇ ਨੀ ਭੁੱਲੇ ਕਹਿੰਦੀ ਮੈਂ ਮਾਸੂਮ ਹਾਂ
ਯਕੀਨ ਮੰਨੋ ਤੁਹਾਡੇ ਵਰਗੀ ਇੱਕ ਮਸੂਮ ਕੁੱਕੜੀ ਸਾਡੇ ਪਿੰਡ ਏ ਕੁੱਕੜੀ ਹਾਂਜੀ ਅੱਛਾ ਇੱਕ ਟਾਈਮ 'ਚ ਦੋ ਦਰਦੀਆਂ ਵਾਲਾ ਆਂਡਾ ਦਿੰਦੀ ਅਜੇ ਉਹ ਮਸੂਮ ਹੈ ਹਾਂਜੀ ਤੇ ਉਹਦੇ ਵਿੱਚ ਇੱਕ ਮੁੰਡਾ ਈ ਹਾਂਜੀ ਉਹ ਨਸ਼ਾ ਕਰਦਾ ਹੈ ਬਾਜੀ ਕਰਮ ਦਾ ਕੋਈ ਟਾਈਮ ਨਹੀਂ ਗੱਲ ਕਰਨ ਦਾ ਇਹ ਮਕਸਦ ਹੈ ਮੈਨੂੰ ਸੁਹਾਗਰਾ ਦਾ ਨਹੀਂ ਪਤਾ ਹੈ ਜ਼ਰਾ ਨਹੀਂ ਪਤਾ ਕੋਈ ਸੁਹਾਗਰਾ ਦਾ ਨਹੀਂ ਪਤਾ ਨਹੀਂ ਕਾਲੇ ਖਾਂ ਜੇ ਚੁੱਪ ਕਰੇ ਤੇ ਸਮਝਾ ਲਾਂ ਦੇਖੋ ਜੀ ਹਾਂਜੀ ਸਾਰੇ ਭਰਾ ਇਕੱਠੇ ਹੋਏ ਨੇ ਹਾਂ ਸੁਹਾਗਰਾ ਤੇ ਇੱਕ ਜੂਏ ਦਾ ਨਾਮ ਹੈ ਜੂਏ ਦਾ ਨਾਮ ਹਾਂਜੀ ਜੂਆ ਕੀ ਮਤਲਬ ਜੂਆ ਮਤਲਬ ਸੁਹਾਗਰਾ ਨੂੰ ਵੋਟੀ ਤੇ ਲਾੜਾ ਹਾਂ ਦੋਵੇਂ ਬੈੱਡ ਤੇ ਤਾਸ਼ ਖੇਡਦੇ ਨੇ ਪਹਿਲੇ ਲਾੜਾ ਇੱਕ ਬਾਜ਼ੀ ਲਾਉਂਦਾ ਫਿਰ ਲਾੜਾ ਦੂਜੀ ਬਾਜ਼ੀ ਲਾਉਂਦਾ ਫਿਰ ਲਾੜਾ ਉਲਟ ਬਾਜ਼ੀ ਲਾਉਂਦਾ ਵੋਟੀ ਬਾਜ਼ੀ ਕਿਉਂ ਲਾਉਂਦਾ ਏ ਵੋਟੀ ਕਹਿੰਦੀ ਲਾੜੇ ਇੱਕ ਬਾਜ਼ੀ ਹੋਰ ਲਾ ਲੈ ਉਹ ਕੋ ਹੱਥ ਜੋੜ ਕੇ ਕਹਿੰਦਾ ਨਹੀਂ ਮੇਰੇ ਪੱਤੇ ਸ਼ੋ ਹੋ ਗਏ ਐ ਪੱਤੇ ਕੀ ਹੁੰਦੇ ਨੇ ਹੈ ਪੱਤੇ ਕੀ ਹੁੰਦੇ ਨੇ ਇਹ ਦੋ ਗੋਲੇ ਤੇ ਇੱਕ ਜੱਕਾ ਮੈਨੂੰ ਨਹੀਂ ਪਤਾ ਮੈਂ ਜੱਕਾ ਵੇਖਣਾ ਹੈ ਜੱਕਾ ਜੱਕਾ ਵੇਖਣਾ ਹਾਂ ਪਹਿਲੇ ਆਪਣੀ ਦੁੱਕੀ ਸ਼ੋ ਕਰਾਓ ਮੇਰੀ ਗੱਲ ਤਾਂ ਇਹ ਜੱਕਾ ਹੁੰਦਾ ਕਿਸ ਤਰ੍ਹਾਂ ਦਾ ਹੈ ਹੈ ਮੇਰਾ ਯੱਕਾ ਤੇ ਅੰਜ ਦਾ ਜੇ ਖਰਾਬਾ ਮੋਦੀ ਦੀਆਂ ਬੱਚੀਆਂ ਯੱਕਾ ਬਦਤਮੀਜ ਕਰਨ ਦੇ ਸਾਰੇ ਮੇਰਾ ਯੱਕਾ ਅੰਜ ਦਾ ਹੈ ਹੁਣ ਤੂੰ ਦੱਸ ਤੇਰੀ ਦੁੱਕੀ ਕੰਜ ਦੀ ਉਹ ਤਾਸ਼ ਜੂ ਖੇਡਣੀ ਹੈ ਤੂੰ ਵੀ ਗਾ ਚਿੱਟੀਆਂ ਲਾਟਾਂ ਰਗੀ ਭਾਜੀ ਐਡੀ ਦੂਰੋਂ ਤੁਹਾਡੇ ਘਰ ਆਏ ਆ ਹਾਂ ਵੀ ਬੰਦਾ ਐਡੀ ਦੂਰੋਂ ਮਿਲਣ ਜੋ ਆਵੇ ਉਹ ਬੰਦਾ ਐਡੀ ਦੂਰੋਂ ਮਿਲਣ ਜੋ ਆਵੇ ਪਹਿਲਾਂ ਵੇਖ ਕੇ ਬੱਚੀਆਂ ਲੁਕਾਵੇ ਅਰਮਾਨ ਤਾਂ ਲੱਗਦਾ ਏ ਅਫਸੋਸ ਤਾਂ ਲੱਗਦਾ ਏ ਅਰਮਾਨ ਤਾਂ ਲੱਗਦਾ ਏ ਅਫਸੋਸ ਤਾਂ ਲੱਗਦਾ ਏ ਇੱਕ ਤਨਹਾ ਮੈਂ ਹਾਲਾਤ ਕੋਲੋਂ ਉਤੋਂ ਕੰਜਰਾਂ ਰੇਟ ਵਧਾਇਆ ਗੱਲ ਗੱਲ ਤੇ ਰੇਟ ਵਧਾ ਦਿੰਦੇ ਸਾਨੂੰ ਇੰਨਾ ਗਰੀਬ ਬਣਾਇਆ ਏ ਉਹ ਬੰਦਾ ਤੋਲਾ ਫੀਮ ਦਿਖਾਵੇ ਬੰਦਾ ਤੋਲਾ ਫੀਮ ਦਿਖਾਵੇ ਇੱਕ ਚੱਕਰ ਦੇ ਕਰਦਾ ਲਾਵੇ ਇਹਦੀ ਭੈਣ ਦੀ ਚੀਕ ਕਢਾਵੇ ਅਰਮਾਨ ਤਾਂ ਲੱਗਦਾ ਏ ਅਫਸੋਸ ਤਾਂ ਲੱਗਦਾ ਏ ਮਜ਼ਾ ਏ ਅਰਮਾਨ ਚ ਲੱਗਦਾ ਏ ਅਫਸੋਸ ਚ ਲੱਗਦਾ ਏ ਜੀ ਇੱਕ ਦਿਨ ਯਾਰੋ ਇਹਦੀ ਭੈਣ ਮੈਨੂੰ ਛੇਤੀ ਘਰ ਆਪਣੇ ਬੁਲਵਾਇਆ ਏ ਮੈਨੂੰ ਪਤਾ ਵੀ ਨਹੀਂ ਵੱਡੀ ਬੋਤਲ ਦੇ ਵਿੱਚ ਸਰੋਂ ਦਾ ਤੇਲ ਮਗਾਇਆ ਏ ਬੰਦਾ ਬੂਹੇ ਬਾਰੀਆਂ ਲਾਵੇ ਫਿਰ ਲਾਈਟਾਂ ਵੀ ਬੁਝਾਵੇ ਫਿਰ ਰੱਜ ਕੇ ਛੁੱਟੀ ਲਾਵੇ ਅਰਮਾਨ ਚ ਲੱਗਦਾ ਏ ਮੈਂ ਆਪਣੀ ਸੌਂਗ ਮੈਂ ਕਾਫ ਲਿਖਦਾ ਯਾਰ ਓਏ ਪਾਗਲਾ ਇਨਸਾਫ ਬਰਾਬਰ ਤੇ ਕਰਿਆ ਕਰੋ ਯਾਰ ਮੈਂ ਕਿਹੜਾ ਇੰਡੀਆ ਚੋਂ ਆਇਆ ਮੈਂ ਕਿਹੜਾ ਆਪੇ ਨੰਨਾਂ ਨਾ ਭਾਈ ਸੱਚੀ ਮੁੱਚੀ ਇਹਦੇ ਨਾਂ ਦੀ ਕਲੈਪ ਕਰੋ ਹਨੂਮਾਨ ਸਰਕਾਰ ਦਾ ਮੁੰਡਾ ਅਸੀਂ ਭਾਈ ਗਾਣਾ ਹੀ ਬਦਲ ਲੈਨੇ ਆ ਕੋਈ ਹੋਰ ਸੁਣਾਓ ਵੀ ਦਿਲਾ ਤੈਨੂੰ ਕਰੀਏ ਸੁਕਾ ਤੈਨੂੰ ਕਰੀਏ ਦਿਲਾ ਤੈਨੂੰ ਕਰੀਏ ਦਿਲਾ ਤੈਨੂੰ ਕਰੀਏ ਸੁਕਾਇਨੂੰ ਕਰੀਏ ਜਾਇ ਤੇਲ ਲਾਏ ਮੇਰੇ ਮੂੰਹ ਤੇ ਲਾਇਆ ਇਹ ਗੱਲ ਮੈਨੂੰ ਵੀ ਆਉਂਦੇ ਆ ਅੱਗੇ ਸੁਣਾਓ ਉਹ ਕਸਦਾ ਕਰਿਆ ਪਤਾ ਉਹ ਢੋਲਾ ਲੜਿਆ ਵਦਾ ਉਹ ਬੋਲੇਂਦਾ ਵੀ ਨਹੀਂ ਗੱਲ ਸੁਣੇਂਦਾ ਵੀ ਨਹੀਂ ਗੱਲਾਂ ਮਿੱਠੀਆਂ ਉਹ ਮਿੱਠੀਆਂ ਕਰੇਂਦਾ ਵੀ ਨਹੀਂ ਉਹ ਕੰਜਰਾ ਅੰਦਰੋਂ ਬੱਚੀਆਂ ਬਣਾ ਚਾਚਾ ਤੱਪਿਆ ਵਦਾ ਏ ਸਿਰਾ ਲੋ ਬੰਦੇ ਆ ਚੱਲ 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 ਚੱ
I love you, I love you. ओए तू ये मेरे जानता नहीं, सलीला, तू ये मेरा नाम सुने, कमीनिया, मैं तेरे तोड़ देने नहीं, दांत, करता कि पुत्र ना पुत्र। ओए अप्पा ही, वो मिलू कहे नहीं, और लू कहे दे। जैसे कल तो पता लग गया ये सानू पाकिस्तानी कौन कहे? तेरे में एक एक ही चीज़ है। ये पहने थे अपना दफ्तरे। शादी दफ्तर है? शादी दफ्तर है। बच्ची दे दे। कटा बच्ची ठोका ना जामा। केड़ी बच्ची है? वो बच्ची कट ठोका ना जामा। ठोका ना जामा। अरे ए भाई शरीफा ना मल्ला है। किधर? शरीफा ना। ओनू ही लाया। और मेरा ब्याह करना है? हाँ। ब्याह करना है? ब्याह करना है। बाहर मेरे बड़ी ज्यादती है यार। ये हाँ। बाहर मैं आंटे चौंक जी कुत्ती अपने बच्चे दो-दो भी आंटे अच्छा मैं तो कोल गड़ा है हाँ अरे मेरे ने देखे मंदिर ने देखा खाजे खा पाया नहीं हाँ मैं गाना गाने सोनी एक खावाली है मैं रह गया तेरे दे फिर ओ कुत्ती पागे मेरे ने ओने छह सात कुत्ते वाकब निकले फिर मैं क्या कुतिया तेरे कुत्ते वाकब ने हाँ जब प्यो दी की दे चेक करो हाँ मैं अपना कुत्ता रह गया ना हाँ आमिर ना चल समझदार सी उठ के टुर पिया भाई कुत्ता किसे कुत्ती नसल नहीं फिर मेरे नाल ही आके बह गया तेरी मेहरबानी हाँ जी बच्ची मैनू वो देनी है जिहड़ी स्क्रैच ना आई होवे केड़ी स्क्रैच डेढ़ एक्सपायर औरत ने तो दूर रखनी हाँ बच्ची कट ठोका दे जावा ओ ना क्या ना ओ ध्यान ना लाया कर दस के आया कर दस के आया कर तू दस के आना इधर वे में तेरी धड़कन तेज हो गई अच्छा जी तेरी दिल धड़कन बंद हो सकती है ओ किवें आपदी भैन मेरे नाल ब्याह दे आंदे वाली भैन कहते मैं लैण तुहाडे कोल आया अच्छा जी मामा सुनता भी नहीं पुछ के चलो जाना कहना मैं हिसाब लाउन डे मेरिया भैन मैं महंगी इधर पैन दी क्या बाई साडी अपनी है कहना यार मेरिया भैन ने ते मेरी मां नूं लोकी बाई बाई कहंदे ने क्या बात है कल 112 ते फोन करके कहंदा मैनूं लभ लो बेवकूफ आदमी अपने मुर्शिद दे मेले ते गया फिर जांदे नाल ही 12 प्राता चोलों दी खा गया अच्छा एक बंदा कहंदा अपने मुर्शिद नूं मानना हां कहंदा नहीं कदों उठ के मुर्शिद तैनूं मान के ने ते अपने भी दस इह दे घर मुर्शिद आ गया भाजन इह दी जेब च टगा नहीं ते कंजर ने मुर्शिद दी जुत्ती चुक के भेज दी मुर्शिद नूं हलवा खवाउण रिहा गोश खवाउण रिहा ਮੁਰਸ਼ਿਦ ਨੇ ਕਿਹਾ ਮਰੀਦਾ ਬੜੀ ਸੇਵਾ ਕਰ ਰਿਹਾ ਕਹਿੰਦਾ ਬਸ ਤੁਹਾਡੀ ਜੁੱਤੀ ਦਾ ਸਦਕਾ ਇਹਦੇ ਘਰ ਵੀ ਮੁਰਸ਼ਿਦ ਹੈ ਇਹਨੇ ਆਪਣੇ ਮੁਰਸ਼ਿਦ ਨੂੰ 7 ਦਿਨ ਸਿਰੀ ਖਵਾਈ ਹਾਂ ਅੱਜ ਉਹਦਾ ਮੁਰਸ਼ਿਦ ਕਹਿੰਦਾ ਪੁੱਤਰ ਕਦੀ ਪਾਵੇ ਵੀ ਖਵਾ ਕਹਿੰਦਾ ਸਰਕਾਰ ਕੋਈ ਸੁੱਟਦਾ ਹੀ ਨਹੀਂ ਮੁਰਸ਼ਿਦ ਹਾਂ ਬੇਵਕੂਫ ਆਦਮੀ ਉਹ ਆਪਣੇ ਮੁਰਸ਼ਿਦ ਇਹਦੇ ਮੁਰਸ਼ਿਦ ਦੇ ਘਰ ਹੈ ਇਹਨੇ ਆਪਣੇ ਮੁਰਸ਼ਿਦ ਦੀ ਖਿਦਮਤ ਵਾਦਾ ਕੀਤੀ ਮੁਰਸ਼ਿਦ ਕਹਿੰਦਾ ਮੈਂ ਚੱਲਾਂ ਵਾ ਕਹਿੰਦਾ ਮੁਰਸ਼ਿਦ ਤੁਹਾਨੂੰ ਮੈਂ ਛੱਡ ਕੇ ਆਨਾ ਵਾ ਇਹਦਾ ਮੁਰਸ਼ਿਦ ਦੋ ਪਿੰਡ ਅੱਗੇ ਰਹਿੰਦੇ ਸੀ ਇਹਨੇ ਸਾਈਕਲ ਕੱਢੀ ਮੁਰਸ਼ਿਦ ਪਿੱਛੇ ਪਾਇਆ ਤੇ ਆਪ ਸਾਈਕਲ ਚਲਾਉਣ ਲੱਗ ਪਿਆ ਅੱਧੇ ਕੁ ਪਿੰਡ ਗਿਆ ਥੱਕ ਗਿਆ ਔਰ ਮੁਰਸ਼ਿਦ ਕਹਿੰਦਾ ਸਾਈਕਲ ਚਲਾਓ ਮੈਨੂੰ ਤੁਸੀਂ ਸਾਈਕਲ ਚਲਾਓ ਤੁਹਾਨੂੰ ਕੰਡ ਹੋਣ ਰਹੀ ਅੱਲਾ ਜਾਣਦਾ ਉਹ ਮੈਂ ਕਹੇ ਸ਼ਦਾਵੇ ਤੂੰ ਚਾਹਨਾ ਤੇਰੀ ਜ਼ਿੰਦਗੀ ਚ ਅਮਨ ਹੋ ਸਕੂਨ ਹੋ ਜਾਏ ਆਹੋ ਤੇ ਮਰ ਜਾ ਤੇਰੀ ਮਿਹਰਬਾਨੀ ਤੂੰ ਜਾਣਾ ਕਿ ਤੇਰੇ ਘਰ ਸੋਹਣਾ ਪੁੱਤਰ ਹੋਵੇ ਹਾਂਜੀ ਘਰੋਂ ਬਾਹਰ ਰਿਹਾ ਕਰ ਅੱਛਾ ਜੀ ਇਹ ਕਿਹਦੇ ਦੇ ਤੂੰ ਜਾਣਾ ਕਿ ਮੋਟਾ ਹੋ ਜੀ ਆਹੋ ਡੁੱਬ ਕੇ ਮਰ ਜਾ ਤੂੰ ਜਾਣਾ ਅਮੀਰ ਹੋ ਜਾਏ ਆਹੋ ਬਗਾਰਾ ਤੋ ਯਾਰ ਅੱਛਾ ਜੀ ਦਿਓ ਭੈਣ ਮੇਰੀ ਕਿਹੜੀ ਭੈਣ ਆਪਣੀ ਭੈਣ ਤੋਂ ਮੈਂ ਫੇਰ ਹੀ ਬਗਾਰ ਤੋਵਾਂਗਾ ਇੱਧਰ ਵੇਖੋ ਇਹ ਕੀ ਕੀਤਾ ਹੈ ਕੀ ਹੈ ਇਹ ਪਹਿਲਾ ਬਾਂਦਰ ਹੈ ਜਿਹੜਾ ਮੂੰਹ ਲਾ ਰਿਹਾ ਅੱਛਾ ਜੀ ਹਾਂ ਕੀ ਬਾਤ ਤੇ ਤੇਰੀ ਮਾਂ ਸੁਰਖੀ ਕਿੱਥੋਂ ਲਾਂਦੀ ਹੱਸ ਲਓ ਤੁਸੀਂ ਹਮੇਸ਼ਾ ਮਜਬੂਰ ਔਰਤਾਂ ਦੇ ਉੱਤੇ ਤੁਸੀਂ ਲੋਕਾਂ ਨੇ ਤਾਂ ਨਹੀਂ ਕਸੇ ਨੇ ਮਤ ਕੌਣ ਹੈ ਤੂੰ ਮੇਰਾ ਨਾਮ ਹੈ ਤਰਨਮ ਡੋਗਰ ਤਰਨਮ ਡੋਗਰ ਹਾਂ ਇਹਦਾ ਕੀ ਮਤਲਬ ਹੈ ਉੱਤੋਂ ਤਰਨਮ
ਥੱਲੋਂ ਡੋਗਰ ਉਹ ਕਿਹੜੀ ਤਰਨਮ ਡੋਗਰ ਇਤਰਾ ਪੰਜ ਨੰਬਰ ਦੇ ਜੋਗਰ ਮੇਰੇ ਨਾਲ ਕੋਈ ਬਦਤਮੀਜ਼ੀ ਨਹੀਂ ਕਰਨੀ ਮੇਰੇ ਨਾਲ ਕੋਈ ਬੇਹਯਾਈ ਵਾਲੀ ਗੱਲ ਨਹੀਂ ਕਰਨੀ ਤੁਸੀਂ ਨਹੀਂ ਜਾਣਦੇ ਮੈਂ ਕੱਲੀ ਨਹੀਂ ਆਈ ਮੇਰਾ ਦਿਲਬਰ ਜਾਨੀ ਮੇਰਾ ਸੱਜਣ ਮੇਰਾ ਬੰਦਾ ਮੇਰੇ ਨਾਲ ਆਇਆ ਕਿੱਥੇ ਆ ਬੈਠਾ ਟੋਪੀ ਪਾ ਕੇ ਆਏ ਸਦਕੇ ਜਾਵਾਂ ਸਿਰਫ ਇੱਥੇ ਹੀ ਟੋਪੀ ਪੈਂਦੀ ਮਾਮਾ ਜੀ ਤੇ ਆਪਣੀ ਜਿੰਦ ਜਾਣਨੀ ਵੀ ਰਾਤੀ ਲਾਈਨਾਂ ਤੇ ਲੈ ਕੇ ਫਿਰਦੇ ਰਹੇ ਇਹਨਾਂ ਨੂੰ ਜਗ੍ਹਾ ਹੀ ਨਹੀਂ ਲੱਭੀ ਉਹ ਤੇ ਫਿਰ ਮੈਂ ਕਿਹਾ ਕਿ ਗੌਰ ਕਰੋ ਜਗ੍ਹਾ ਇੱਧਰ ਜੇ ਯਾਨੀ ਕਿ ਤੂੰ ਜਗ੍ਹਾ ਜਗ੍ਹਾ ਤੇ ਖਜਲ ਹੁੰਦੀ ਹੈ ਤੇ ਕਿਸੇ ਬਿਲਾ ਮਜ਼ਾ ਨੱਚਣ ਵਾਲੀ ਔਰਤ ਦੇ ਬੱਚੇ ਆ ਇਹ ਕੀ ਨਖ ਲਾਨਤ ਉਹ ਇਧਰੋਂ ਨੀਵਾ ਇਧਰ ਵੱਡਾ ਇਹ ਸਾਈਕਲ ਵਾਲੇ ਨੇ ਮੇਰੇ ਨਾਲ ਚਵਲ ਮਾਰੀ ਕੀ ਉਹਨੇ ਇੱਕ ਸਾਈਡ ਤੇ 35 ਕਰਤੀ ਇੱਕ ਸਾਈਡ ਤੇ 45 ਕਰਤੀ ਉਹ ਗੱਲ ਸੁਣ ਆਹ 5 ਮਿੰਟ ਪਿੱਛੇ ਤੇ ਤੂੰ 10 ਮਿੰਟ ਬਾਅਦ ਪੀ ਲੈਂ ਚਵਲਾ ਜਿਹਾ ਮੇਰੇ ਨਾਲ ਬਕਵਾਸ ਕੀਤੀ ਹੁਣ ਮੇਰੇ ਤੇ ਹੱਥ ਚੁੱਕੇ ਤੇ ਮੈਂ ਤੁਹਾਨੂੰ ਛੁਰੀਆਂ ਮਰਵਾ ਦੇਣੀਆਂ ਕਿਹਦੇ ਕੋਲੋਂ ਗੁੱਸਾ ਕਿਉਂ ਕਰ ਰਹੇ ਹੋ ਰਾਤੀ ਤੇ ਮੇਰੀ ਇਹ ਲੌਂਗ ਕਿੱਸਾ ਕਰਕੇ ਕਹਿੰਦੇ ਹੋ ਸਨੀ ਲਿਆਉਣ ਨਜ਼ਰ ਆਉਂਦੀ ਅੱਜ ਤੁਹਾਨੂੰ ਮੈਂ ਬੁਰੀ ਲੱਗਣ ਲੱਗ ਪਈ ਹੈ ਇਹ ਤੁਸੀਂ ਡਰਾਮੇ ਵਾਲੀਆਂ ਔਰਤਾਂ ਦੇ ਪਿੱਛੇ ਲੱਗ ਕੇ ਭੁੱਲ ਗਏ ਹੋ ਮੈਨੂੰ ਕਾਲੂ ਦੇ ਅੱਬੂ ਪਰਾ ਦਫਾ ਹੋ ਨਾ ਦੁੱਧ ਨਾ ਦੇਈ ਨਿਵੀ ਜਾਈ ਜਾਈ ਤੇ ਤੂੰ ਜਿਹੜਾ 70-75 ਦੇਣੇ ਨਾ ਦੇਈ ਪਰੇ ਦਫਾ ਹੋ ਅੱਲਾ ਮਾਫ ਕਰੇ ਆ ਕਬੀਲ ਦੇ ਰੌਤ ਨਾਲ ਬੰਦਾ ਵਿਆਹ ਹੁੰਦਾ ਨਾ ਤੇ ਲੜਾਈ ਹੁੰਦੀ ਹੈ ਉਹ ਬੇਗਮਾਂ ਆਪਣੇ ਖਾਵਾਂ ਨੂੰ ਕਹਿੰਦੀਆਂ ਮੈਨੂੰ ਹੱਕ ਮਰਦੇ ਮੈਂ ਜਾਣਾ ਮੈਨੂੰ ਖਰਚਾ ਦੇ ਮੈਂ ਜਾਣਾ ਮੈਨੂੰ ਬੱਚੇ ਦੇ ਮੈਂ ਜਾਣਾ ਤੇ ਖੁਸਰਾ ਇੱਕੋ ਗੱਲ ਕਰਦਾ ਕੀ ਮੇਰੀ ਸਲਵਾਰ ਦੇ ਮੈਂ ਜਾਣਾ ਯਕੀਨ ਕਰ ਤੇਰੇ ਅਰਗੇ ਨੂੰ ਮੈਂ ਰੋਜ਼ ਥੁੱਕ ਲਾਉਂਦੀ ਹਾਂ ਕੀ ਚਵਲਾ ਮਾਰਨ ਦੇ ਯਾਰ ਹਾਂ ਬਦਤਮੀਜ਼ ਆਦਮੀ ਕੀ ਬਾਤ ਨੇ ਕੱਲ ਇੱਕ ਬੰਦਾ ਕਹਿੰਦਾ ਆ ਤੈਨੂੰ ਮੈਂ ਟੋਰ ਫੇਰ ਕੇ ਲਿਆਵਾਂ ਉਹਨੇ ਪਹਿਲੇ ਫੇਰਿਆ ਬਾਅਦ ਬੱਚੇ ਚ ਕੋਈ ਟੋਰ ਕੇ ਲਿਆ ਬਕਵਾਸ ਕਰ ਰਹੇ ਇਹ ਕੀ ਚੈਨਾ ਦੇ ਨੇ ਕੀ ਇਹ ਚੈਨਾ ਦੇ ਨੇ ਨਹੀਂ ਹੋਰ ਤੇਰੀਆਂ ਭੈਣਾਂ ਦੇ ਨੇ ਉਹਨਾਂ ਦੇ ਤੇ ਲੱਗਦਾ ਹੀ ਇੰਜ ਜਿਵੇਂ ਜਰਾਬਾਂ ਚ ਰੇਤ ਪਾਈ ਹੈ ਅੱਲਾ ਮਾਫੀ ਦੇਵੇ ਇਹਨਾਂ ਖੁਸਰਿਆਂ ਤੋਂ ਖੁਦਾ ਦੀ ਕਸਮ ਕਾਹਦਾ ਤੈਨੂੰ ਖੁਸਰਿਆਂ ਤੇ ਗੁੱਸਾ ਕੁੱਤੇ ਦੀਆਂ ਪੁੱਤਰਾ ਤੇਰੀ ਮਾਂ ਦੀ ਸ਼ਾਦੀ ਕਿਸੇ ਨੇ ਖੁਸਰਿਆਂ ਨਾਲ ਕਰਾ ਦਿੱਤੀ ਕੀ ਚਵਲਾ ਮਾਰੇ ਕਾਹਦਾ ਖੁਸਰਿਆਂ ਤੇ ਤੈਨੂੰ ਗੁੱਸਾ ਯਕੀਨ ਕਰ ਖੁਸਰਾ ਜਿੱਥੋਂ ਖੁਸਰਾ ਨਹੀਂ ਹੁੰਦਾ ਉਸ ਜਗ੍ਹਾ ਵਰਗਾ ਮੂੰਹ ਹੈ ਤੇਰਾ ਵਾਹ ਟੋਪੀ ਵਾਲੇ ਮਰਿਆ ਪਿਆ ਬਲੱਡ ਵੀ ਲੋ ਹੋਇਆ ਖਬਰਦਾਰ ਉਹਨੂੰ ਕੋਈ ਗੱਲ ਕੀਤੀ ਕਿਉਂ ਕਿਉਂ ਕੱਲੇ ਦੀ ਵਜ੍ਹਾ ਤੋਂ ਮੇਰੀ ਧੌਣ ਦਾ ਮਣਕਣਾ ਟੁੱਟ ਚੱਲਾ ਸੀ ਕਿਵੇਂ ਮੈਨੂੰ ਕਹਿੰਦਾ ਚੁੰਮੀ ਦੇ ਇੰਜ ਕਰਕੇ ਇੰਜ ਦੇ ਹੁੰਦੀ ਤੇਰੀ ਬੁਲਾ ਜਾਣੇ ਜਿਹੜਾ ਮਰਜ਼ੀ ਲੱਗਾ ਰਵੇ ਹੁਣ ਨਹੀਂ ਜਾਣ ਲੱਗਿਆ ਕਹਿਣਾ ਛੱਡੋ ਪਰ ਇਹ ਕੰਮ ਹੀ ਕੁੱਤਾ ਹੈ ਆਰਾਮ ਨਾਲ ਸਹੇਲੀ ਤੇਰੇ ਤੋਂ ਵੱਧ ਤੇ ਕੌਣ ਜਾਣਦਾ ਇਹਨਾਂ ਚੀਜ਼ਾਂ ਨੂੰ ਮੇਰੇ ਨਾਲ ਬਹੁਤੀ ਬਕਵਾਸ ਨਹੀਂ ਕਰਨੀ ਕੀ ਸਹੇਲੀ ਤੇਰੇ ਆ ਕਿੱਥੇ ਰੋ ਬਸ ਸਹੇਲੀ ਤੈਨੂੰ ਕੀ ਦੱਸਾਂ ਹਾਂ ਇੱਕ ਦਿਨ ਮੈਂ ਮੋਟਰਸਾਈਕਲ ਤੇ ਜਾ ਰਹੀ ਸਾਂ ਸਰਜੈਂਟ ਨੇ ਮੈਨੂੰ ਹੱਥ ਦਿੱਤਾ ਮੈਂ ਨਹੀਂ ਰੁਕੀ ਉਹਨੇ ਅਗਲੇ ਇਸ਼ਾਰੇ ਤੇ ਰੋਕ ਕੇ ਮੇਰੇ ਦੋਵੇਂ ਲਾ ਲਏ ਇਹ ਤਾਂ ਫਿਰ ਦੁਬਾਰਾ ਮੈਂ ਇੱਕ ਕਾਉਂਟੂ ਰਗੜ ਕੇ ਉਹਦੇ ਨਾਲ ਪਲਸਤਰ ਕਰਾਇਆ ਸਹੀ ਗੱਲ ਹੈ ਉੱਥੇ ਕੋਚਵਾਨ ਮੈਨੂੰ ਛਾਂਟ ਵੀ ਮਾਰਦਾ ਤੇ ਘੋੜਾ ਥੱਲੋਂ ਸ਼ਾਵਰ ਵੀ ਮਾਰਦਾ ਮੈਂ ਕਿਹਾ ਸਹੇਲੀ ਮੇਰੀ ਗੱਲ ਸੁਣ ਤੂੰ ਮਹੀਨੇ ਦੇ ਦੋ ਮਹੀਨੇ ਦੇ ਕਿੰਨੇ ਪੈਸੇ ਕਮਾਉਣੀ ਮੈਂ ਤੇ ਉਹ 4-5 ਲੱਖ ਰੁਪਈਆ ਮੈਂ ਵਿਚਾਰੀ ਮਸਕੀਨ ਮਹੀਨੇ ਪਿੱਛੋਂ ਵੀ 4-5 ਸੌ ਓਏ ਹੋਏ ਅੰਨੇ ਥੋੜੇ ਮੇਰੇ ਕੋਲ ਰਾਹ ਵੀ ਤੇ ਇੱਕ ਤੇਰੇ ਰਾਹ ਦੋ ਹੋ ਸਕਦੇ ਨੇ ਉਹ ਕਿਵੇਂ ਦੰਦ ਕਢਾ ਦੇ
ਯਕੀਨ ਕਰ ਭਾਵੇਂ ਮੈਂ ਖੁਸਰਾ ਹਾਂ ਬਾਕੀ ਮੇਰੇ ਕੋਲ ਤੇਰੇ ਨਾਲ ਦੀ ਚੀਜ਼ ਸਿਹਤਮੰਦ ਹੈ ਮੈਂ ਤੇਰੇ ਨਾਲ ਦਾ ਕੁੱਤਾ ਘਰ ਬੰਨੇ ਐਡਾ ਸਿਹਤਮੰਦ ਸਹੇਲੀ ਮੇਰੀ ਗੱਲ ਸੁਣ ਤੂੰ ਕੰਮ ਕੀ ਕਰਦੀ ਹੈ ਸਹੇਲੀ ਤੇਰੇ ਸਾਡੇ ਕੰਮ 'ਚ ਜ਼ਿਆਦਾ ਫਰਕ ਤੇ ਨਹੀਂ ਕਿਉਂ ਬਸ ਜਗ੍ਹਾ ਦਾ ਹੀ ਫਰਕ ਹੈ ਉਹ ਕਿਵੇਂ ਤੁਹਾਡੀ ਦੁਕਾਨ ਜ਼ਰਾ ਅਗਲੇ ਚੌਂਕ 'ਚ ਸਾਡੀ ਦੁਕਾਨ ਜ਼ਰਾ ਪਿਛਲੇ ਚੌਂਕ 'ਚ ਵੇਚਣੀ ਤੂੰ ਵੀ ਗੋਸ਼ ਵੇਚਣੀ ਮੈਂ ਵੀ ਗੋਸ਼ ਹਾਂ ਫਰਕ ਸਿਰਫ ਇੰਨਾ ਹੈ ਮੈਂ ਵੱਡਾ ਗੋਸ਼ ਵੇਚਣੀ ਆ ਤੇ ਮੇਰੇ ਕੋਲ ਗਾਹਕ ਵੀ ਉਹ ਹੁੰਦਾ ਜਿਹੜਾ 100-150 ਦਿੰਦਾ ਤੇਰੇ ਕੋਲ ਪਾਈਆ ਦੀ ਬੋਟੀ ਹੁੰਦੀ ਤੂੰ 1.5 ਲੱਖ ਮੰਗ ਲੈਂਦੀ ਅੱਛਾ ਚੇਲੀ ਹਾਂ ਤੂੰ ਮੈਨੂੰ ਦੱਸ ਤੂੰ ਫੰਕਸ਼ਨ ਕਰਦੀ ਹੈ ਹਾਂ ਮੈਂ ਬੜੇ ਫੰਕਸ਼ਨ ਕਰਨੀ ਆ ਤੇ ਫੰਕਸ਼ਨਾਂ ਤੇ ਜਾ ਤੇ ਕੀ ਕਰਦੀ ਹੁੰਦੀ ਕੁਛ ਨਹੀਂ ਮੈਂ ਤੇ ਨਹੀਂ ਕਰਦੀ ਮੈਂ ਪਰੇ ਨੂੰ ਮੂੰਹ ਕਰ ਲੈਂਦੀ ਆ ਅਗਲੇ ਹੀ ਕਰ ਕੁਰ ਕੇ ਤੁਰ ਜਾਂਦੇ ਕੱਲ ਤੇ ਮੇਰੇ ਜਾਨੂ ਨੇ ਮੈਨੂੰ ਬੜਾ ਜ਼ਲੀਲ ਕੀਤਾ ਆ ਨਹੀਂ ਬੈਠਾ ਵੇ ਕੈਸਾ ਮੁਸ਼ਕਰੀਆਂ ਮੁੱਛਾਂ ਵਾਲਾ ਕੱਲ ਮੇਰੇ ਨਾਲ ਪਿਆਰ ਕਰਨ ਡਿਆ ਤੇ ਮੈਂ ਚੀਕ ਮਾਰੀ ਮੈਨੂੰ ਕਹਿੰਦਾ ਤਕਲੀਫ ਹੋ ਰਹੀ ਮੈਂ ਕਿਹਾ ਨਹੀਂ ਜਿਹੜਾ ਤੂੰ ਥੁੱਕ ਲਾਇਆ ਉਹ ਨਸਵਾਰ ਵਾਲਾ ਸਹੇਲੀ ਮੇਰੀ ਗੱਲ ਸੁਣ ਮੇਰਾ ਗੱਲ ਕਰਨ ਦਾ ਮਤਲਬ ਇਹ ਕਿ ਤੂੰ ਫੰਕਸ਼ਨਾਂ ਤੇ ਜਾਣੀ ਹੈ ਉੱਥੇ ਡਾਂਸ ਕਰਨੀ ਕਿ ਕਾਗੂ ਵੀ ਲੈਣੀ ਹੈ ਬਸ ਸਹੇਲੀ ਡਾਂਸ ਕਰਨਾ ਮੈਂ ਅੱਜ ਕੱਲ ਛੱਡਤਾ ਜਦੋਂ ਫੰਕਸ਼ਨ ਬੰਦ ਹੋਇਆ ਮੇਰੇ ਹਿੱਸੇ ਕੱਖ ਵੀ ਨਹੀਂ ਆਇਆ ਕਿਉਂ ਉਹ ਵੱਡੇ ਸ਼ੇਖ ਸੁੱਟਦੇ ਸਨ ਨਿੱਕੇ ਸ਼ੇਖ ਚੁੱਕ ਲੈਂਦੇ ਸਨ ਬੜੇ ਬੜੇ ਫੰਕਸ਼ਨਾਂ ਦੇ ਕੋਈ ਸ਼ੇਰ ਆਉਂਦਾ ਚੱਲੀ ਤੂੰ ਸੁਣਾ ਮੈਨੂੰ ਤੈਨੂੰ ਕੀ ਆਉਂਦਾ ਤੂੰ ਸੁਣਾ ਮੈਨੂੰ ਤਾਂ ਸ਼ੁਕਰ ਹੈ ਰੱਬ ਦਾ ਸ਼ੁਕਰ ਤੇ ਅਲਹਮਦੁਲਿਲਾ ਮੈਂ ਅਸੇ ਸ਼ੇਰ ਸੁਣਾ ਸ਼ੇਰ ਹਾਂ ਸ਼ੇਰ ਸੇਲੀ ਤੇਰੇ ਦਰਜ਼ ਕੀਤਾ ਕਿ ਤੇਰੀ ਅੱਖ ਨਸ਼ੀਲੀ ਤੇਰੇ ਨੈਣ ਨਸ਼ੀਲੇ ਤੇਰੇ ਪੱਟ ਲਸ਼ਕਾਰੇ ਮਾਰ ਦੇ ਤੇਰੀ ਅੱਖ ਨਸ਼ੀਲੀ ਤੇਰੇ ਨੈਣ ਨਸ਼ੀਲੇ ਤੇਰੇ ਪੱਟ ਲਸ਼ਕਾਰੇ ਮਾਰ ਦੇ ਤੇਰੀ ਧੁੰਨੀ ਥੱਲੇ ਤੈ ਖਾਨਾ ਜਿੱਥੇ ਗੰਜੇ ਮੌਜਾਂ ਮਾਰ ਦੇ ਬਾਜੀ ਦਾ ਕਿੰਨਾ ਸੋਹਣਾ ਸ਼ੇਰ ਕਿਹਾ ਤੁਹਾਡਾ ਵੀ ਕਿਹਾ ਸਾਨੂੰ ਵੀ ਆਮਦ ਹੋਈ ਬਈ ਇਹ ਸ਼ੇਰ ਤੇ ਇਹਨਾਂ ਕੁੜੀਆਂ ਦੇ ਬਾਰੇ ਅਰਜ਼ ਕਰ ਰਿਹਾ ਕਿ ਤੇਰੀ ਚਿੱਟੀ ਕਿਸੇ ਨਾਲ ਕੰਮ ਦੀ ਮੇਰਾ ਕਾਮਾ ਲੱਖ ਹਜ਼ਾਰ ਦਾ ਖਾ ਜਾ ਉਹਨੂੰ ਤੇਰੀ ਚਿੱਟੀ ਕਿਸੇ ਨਾਲ ਕੰਮ ਦੀ ਮੇਰਾ ਕਾਮਾ ਲੱਖ ਹਜ਼ਾਰ ਦਾ ਉਹ ਜਦੋਂ ਜਾਂਦਾ ਬੜਕਾ ਮਾਰਦਾ ਫਿਰ ਆਉਂਦਾ ਗੰਦ ਖਿਲਾਰਦਾ ਅਦਰ ਰਵੇ ਬਗੈਰ ਤਾਂ ਤੇਰੇ ਨੈਣ ਨਕਸ਼ੀ ਸ਼ਰੀਅਤ ਦੇ ਖਿਲਾਫ ਕੱਲ ਤੇ ਚੱਜ ਦੀ ਕਰ ਲੈ ਕੁੜੀ ਨੇ ਗੱਲ ਕਰ ਲਈ ਉਹਨੇ ਡਰਾਮੇ ਦੇ ਪੈਸੇ ਲਏ ਉਹ ਤੇ ਭਰ ਕੇ ਵੇਖਣ ਡੇ ਆ ਹਾਂ ਸਹੇਲੀ ਤੂੰ ਸੁਣਾ ਮੈਂ ਸੁਣਾਵਾਂ ਤੂੰ ਵੀ ਮੂੰਹ ਕਿੰਜ ਕਰਨ ਡਿਆ ਇੱਧਰ ਵੇਖ ਮੂੰਹ ਕਿਵੇਂ ਜੋ ਪੂਰੀ ਚੀਜ਼ ਇਹ ਖੋਤੀ ਲੇਟ ਕਰਨ ਤੋਂ ਬਾਅਦ ਇੱਕ ਕੈਮਰਾ ਜਿਹਾ ਨਹੀਂ ਬਾਹਰ ਕੱਢਦੀ ਛੱਡ ਕੇ ਆਏਗਾ ਇਹ ਕੌਣ ਇਹ ਕੌਣ ਇਹ ਭਾਈ ਇੱਥੇ ਆਈ ਸ਼ਾਦੀ ਕਰਾਉਣ ਵਾਸਤੇ ਸ਼ਾਦੀ ਤੇ ਮੇਰਾ ਵੀ ਵਿਆਹ ਨਹੀਂ ਆ ਮੇਰੇ ਨਾਲ ਵਿਆਹ ਕਰੋ ਮੈਂ ਨਹੀਂ ਤੇਰੇ ਨਾਲ ਵਿਆਹ ਕਰਾਉਣਾ ਤੂੰ ਮੈਂ ਛੇਤੀ ਸੋ ਜਾਂਦਾ ਨਹੀਂ ਛੇਤੀ ਨਹੀਂ ਸੋ ਜਾਂਦਾ ਉਹ ਕੀ ਵਜ੍ਹਾ ਤੂੰ ਪਹਿਲਾਂ ਹੀ ਐਡਾ ਕੋਈ ਮੇਰੇ ਨਾਲ ਵਿਆਹ ਕਰਾ ਕੇ ਕੀ ਕਰੇਗਾ ਗੱਲ ਸੁਣੋ ਟਰਾਲਾ ਕੀ ਵੇਖਿਆ ਕਦੀ ਬਾਈ ਵੀਲਰ ਹਾਂ ਉਹਨੂੰ ਕੌਣ ਚਲਾਉਂਦਾ ਕੌਣ ਚਲਾਉਂਦਾ ਡਰਾਈਵਰ ਹੀ ਚਲਾਉਂਦਾ ਅੱਛਾ ਟੀਵੀ ਭਾਵੇਂ 26 ਇੰਚ ਦਾ ਹੋਵੇ ਤੇ ਭਾਵੇਂ 29 ਇੰਚ ਦਾ ਰਿਮੋਟ ਉਹਦਾ 6 ਇੰਚ ਦਾ ਹੀ ਹੁੰਦਾ ਤੇ ਚੱਲ ਵੇ ਚੱਲ ਮੈਂ ਵਿਆਹ ਕਰਾਵਾਂਗੀ ਕਿਸੇ ਮੁੱਛਾਂ ਵਾਲੇ ਨਾਲ ਤੇਰੇ ਤੇ ਮੂੰਹ ਤੇ ਮੁੱਛਾਂ ਹੀ ਨਹੀਂ ਹੈਗੀਆਂ ਮੁੱਛਾਂ ਰੱਖੇ ਤੈਨੂੰ ਅੰਦਰ ਜਾ ਕੇ ਬਹਾਨਾ ਮੁਹੱਬਤ ਕਰਨ ਵਾਲੋਂ ਕੇ ਅਨੋਖੇ ਖੇਲ ਹੁੰਦੇ ਜੀ ਮੁਹੱਬਤ ਕਰਨ ਵਾਲੋਂ ਕੇ ਅਨੋਖੇ ਖੇਲ ਹੁੰਦੇ ਜਿਨ ਕੇ ਮੂੰਹ ਪੇ ਮੂੰਛ ਨਹੀਂ ਹੁੰਦੀ ਉਹ ਦਰਮਿਆਨਾ ਮੇਲ ਹੁੰਦੇ ਜੀ ਮਜ਼ਾ ਇਸ਼ਕ ਦਾ ਚੱਕ ਲਾਂਗੇ ਮਜ਼ਾ ਇਸ਼ਕ ਦਾ ਚੱਕ ਲਾਂਗੇ ਤੂੰ ਇੱਕ ਵਾਰੀ ਹਾਂ ਤੇ ਕਰਜ਼ ਦਾੜੀ ਵੀ ਰੱਖ ਲਾਂਗੇ ਤਲੀ ਉੱਤੇ ਆਨਾ ਹੈ ਹਾਂ ਤਲੀ ਉੱਤੇ ਆਨਾ ਹੈ ਤੇ ਤੂੰ ਲੱਖ ਮੁੱਛਾਂ ਦਾੜੀ ਰੱਖ ਲੈ ਤੇਰੀ ਰੂਹ ਤੇ ਜਨਾਨਾ ਏ ਥਾਲੀ ਵਿੱਚ ਖੰਡ ਸੋਣੀ ਏ ਹਾਂ ਥਾਲੀ ਵਿੱਚ ਖੰਡ ਸੋਣੀ ਏ ਇੱਕ ਵਾਰੀ ਮੇਰੇ ਨਾਲ ਵਿਆਹ ਤੇ ਕਰ ਪਾਵਾਂਗਾ ਤੁਨੀ ਤੱਕ ਠੰਡ ਸੋਣੀ ਏ ਇਹ ਦੰਦੀ ਦੀ ਵੜ ਦਾ ਠੰਡ ਚੜਾ ਯਾਰ ਤੇ ਕੁਝ ਹਾਂ ਛੱਡ ਯਾਰ ਦੀ ਯਾਰੀ ਦਾ ਮਜ਼ਾ ਤਦ ਆਉਂਦਾ ਜਦੋਂ ਯਾਰ ਨੂੰ ਯਾਰ ਦੀ ਖਿੱਚ ਹੋਵੇ ਯਾਰ ਦੀ ਯਾਰੀ ਦਾ ਮਜ਼ਾ
ਤਾਂ ਯਾਰ ਨੂੰ ਯਾਰ ਦੀ ਖਿੱਚ ਹੋਵੇ। ਇਧਰੋਂ ਮੈਂ ਨਿਕਲਾਂ ਉਧਰੋਂ ਤੂੰ ਨਿਕਲੇ, ਮਿਲਾਪ ਦੋਵਾਂ ਦਾ ਗਲੀ ਦੇ ਵਿੱਚ ਹੋਵੇ। ਵਜੇ ਤੀਰ ਜੁਦਾਈਆਂ ਦੇ ਵਿੱਚ ਸੀਨੇ, ਵਜੇ ਤੀਰ ਜੁਦਾਈਆਂ ਦੇ ਵਿੱਚ ਸੀਨੇ, ਜ਼ਖਮ ਦੋ ਹੋਵਣ ਤੇ ਦਰਦ ਇੱਕ ਹੋਵੇ। ਬੁੱਲੇ ਸ਼ਾਹ ਇਸ਼ਕ ਵਿੱਚ ਮਰਨ ਦਾ ਮਜ਼ਾ ਵੀ ਤਾਂ ਆਉਂਦਾ, ਲਾਸ਼ਾਂ ਦੋ ਹੋਵਣ ਤੇ ਕਬਰ ਇੱਕ ਹੋਵੇ। ਤੇਰੇ ਸਾਰੇ ਸ਼ੇਰ ਦੇ ਵਿੱਚ ਮੈਨੂੰ ਇੱਕ ਗੱਲ ਦਾ ਬੜਾ ਮਜ਼ਾ ਆਇਆ, ਵਿੱਚ ਹੋਵੇ। ਝੂਠੀ ਗੱਲ ਦਾ ਮਕਰ ਬਣਾਉਂਦੀਆਂ ਨੇ, ਬਿਨ ਪੌੜੀਆਂ ਚੜ੍ਹਦੀਆਂ ਅਰਸ਼ ਉੱਤੇ ਕੁੰਡ ਜਾ ਅਸਮਾਨ ਤੇ ਲਾਉਂਦੀਆਂ ਨੇ, ਪਰ ਜਦੋਂ ਵਹਿੰਦੀਆਂ ਯਾਰ ਦਾ ਖਰਚ ਮੁਕਾ ਕੁੰਡ ਹੋਰ ਜਾ ਖੜਕਾਉਂਦੀਆਂ। ਸਿਆਣਿਆਂ ਨੇ ਸਭ ਕੁਛ ਤੁਹਾਨੂੰ ਹੀ ਕਿਹਾ, ਸਾਡੇ ਧਿਆਨ ਨਹੀਂ ਮੱਥੇ ਲੱਗੇ, ਅਸੀਂ ਵੀ ਤੇ ਇੱਥੇ ਹੀ ਖੱਜਲ ਹੁੰਦੇ ਆ। ਛੱਡ ਰਹਿਣਾ ਦੀ ਯਾਰੀ ਨੂੰ ਇੰਜ ਪੈਣਾ ਬਚਾਵੇਗਾ, ਛੱਡ ਰਹਿਣਾ ਦੀ ਯਾਰੀ ਨੂੰ ਤੁਹਾਨੂੰ ਖੁਸਰਾ ਹੀ ਠੀਕ ਰਹਿਣਾ, ਛੱਡ ਰਹਿਣਾ ਦੀ ਯਾਰੀ ਨੂੰ ਹਿੱਜਤ ਕਰਨ ਲੱਗਾ, ਛੱਡ ਰਹਿਣਾ ਦੀ ਯਾਰੀ ਨੂੰ ਤੁਸੀਂ ਛੱਡਦੇ ਹੁਣ ਕੀ ਲੈਣਾ ਇਹਦੇ ਚ, ਛੱਡ ਰਹਿਣਾ ਦੀ ਯਾਰੀ ਨੂੰ ਆਪੇ ਭੁੱਖਾ ਮਰੇਗਾ, ਛੱਡ ਰਹਿਣਾ ਦੀ ਯਾਰੀ ਨੂੰ ਇਹ ਤੇ ਦੋ ਦੋ ਯਾਰ ਬਣਾ ਲੈਂਦੀਆਂ, ਇਹ ਖੂਨ ਜਿਗਰ ਦਾ ਪੀ ਲੈਂਦੀਆਂ, ਇਹ ਤੇ ਹੱਥੀ ਯਾਰ ਮਰਵਾ ਦਿੰਦੀਆਂ। ਬੰਦਾ ਕਿਹਾ ਸੱਤਿਆ ਛੱਡ ਵੀ ਦਵੇ, ਇਹ ਫੁੱਲ ਤਵੀਤ ਕਰਾ ਦਿੰਦੀਆਂ, ਰੰਨਾ ਹੋਣ ਜੇ ਅਸਲ ਨਸਦੀਆਂ, ਬੁੱਲੇ ਸ਼ਾਹ ਜਿਹਾ ਪੀਰ ਨਚਾ। ਯਕੀਨ ਕਰ ਤੇਰੀ ਆਵਾਜ਼ ਸ਼ਾਹਦ ਫਰੀਦੀ ਨਾਲ ਰਲਦੀ, ਹੁਣ ਤਾਂ ਗਾਣਾ ਨਹੀਂ ਆਉਂਦਾ ਤੈਨੂੰ, ਕੰਜਰ ਨੂੰ ਕਦੋਂ ਆਉਂਦਾ ਮੁਖਾਲਿਫਤ ਕੋ ਹਰ ਪਦ ਗੁਮਾ ਕਰੋ ਰੱਖਾ ਹੈ, ਮੁਖਾਲਿਫਤ ਕੋ ਹਰ ਪਦ ਗੁਮਾ ਕਰੋ ਰੱਖਾ ਹੈ, ਹਰ ਇੱਕ ਹਾਸਤ ਕੀ ਜ਼ਰੀਲੀ ਜ਼ੁਬਾਨ ਕੋ ਰੋਕ ਰੱਖਾ ਹੈ, ਇਸ ਲਈ ਉਤਰਤੀ ਨਹੀਂ ਮੁਝ ਪਰ ਕੋਈ ਆਫਤ, ਮੇਰੀ ਮਾਂ ਕੀ ਦਵਾ ਨੇ ਆਸਮਾਨ ਕੋ ਰੋਕ ਰੱਖਾ ਹੈ। ਇਹ ਤੇ ਇੰਜ ਲੱਗਦਾ ਬੰਦਾ ਸੌਦਾ ਵੇਚਣ ਆਇਆ ਸੀ। ਲਓ ਜੀ ਚਲਾ ਸਹੇਲੀ, ਆ ਭਾਈ ਟਾਈਮ ਦੇਖ ਪਾਗਲ ਤੂੰ ਆਇਆ, ਚਲਾ ਸਹੇਲੀ ਅੰਦਰ ਚਲੀਏ। ਯਾਰ ਪਰੇਸ਼ਾਨ ਕਰ ਛੱਡਿਆ ਯਾਰ, ਹੋਏ ਹੋਏ ਬੰਦਾ ਕਿਤੇ ਗਿਆ ਜੀ, ਅੱਲਾ ਮੇਰੇ ਭਰਾਵਾਂ ਦੀ ਖੈਰ ਕਰੇ, ਕੋਈ ਐਸੀ ਬਾਤ ਨਹੀਂ। ਆਂਡਾ ਕੀ ਪੁੱਛਦੇ ਹੋ, ਕਿੱਥੇ ਵਸਨੇ ਆ, ਸਾਡੇ ਸ਼ਹਿਰ ਦਾ ਨਾਮ ਜੁਦਾਈ, ਜ਼ਿਲ੍ਹਾ ਹਿਜਰ ਨਗਰ ਤਹਿਸੀਲ ਜਫਾ ਤੇ ਉਹਦਾ ਡਾਕ ਖਾਨਾ ਰੁਸਵਾਈ, ਗਲੀ ਦਿਲਵਾਲੀ ਮੱਲਾ ਬੇਦਰਦਾ ਮਾਸੂਮ ਨੇ ਕੁੱਲੀ ਪਾਈ, ਇੱਥੇ ਅੱਜ ਕੱਲ੍ਹ ਆਸ਼ਕ ਮਿਲ ਸਕਦਾ ਏ, ਉਹ ਬੈਠਾ ਦਰਦਾਂ ਦੀ ਮਹਿਫਲ ਲਾਈ। ਅੱਲਾ ਜਾਣਦਾ ਭਾਜਨ ਆਈ ਲਵ ਜੀ, ਬਦਲ ਗਿਆ ਵਾ, ਵੈਰੀ ਗੁੱਡ ਵੈਰੀ ਗੁੱਡ, ਆਪਾਂ ਪਜਾਮੇ ਲੈਂਦੇ ਆ, ਹੋਰ ਸੁਣਾ ਵਿਹਲੇ ਹੀ ਹੈ? ਹਾਂਜੀ ਆਪਣੇ ਮੂੰਹ ਤੇ ਚਪੇੜਾ ਹੀ ਮਾਰੀ ਜਾ, ਤੂੰ ਵਿਹਲਾ? ਹਾਂ ਭੈਣ ਮੇਰੇ ਵਿਆਹ ਦੇ, ਉਹ ਵਿਹਲਾ ਬੰਦਾ ਭੈਣ ਨਹੀਂ ਵਿਆਹੁੰਦਾ ਭਾਈ, ਉਹ ਪਾਗਲਾ ਵਿਹਲਾ ਬੰਦਾ ਨਹੀਂ ਵਿਆਹੁੰਦਾ, ਕਾਰੋਬਾਰੀ ਬੰਦੇ ਵਿਆਹੁੰਦੇ ਨੇ। ਉਹ ਗੱਲ ਸੁਣ, ਪੜ੍ਹੇ ਲਿਖੇ? ਹਾਂਜੀ ਪੜ੍ਹੇ ਲਿਖੇ ਆ। ਯਾਰ ਇੱਕ ਸਵਾਲ ਜਵਾਬ ਦੇ ਜੀ, ਦੋ ਪੁੱਛੋ। ਆ ਯਾਰ ਦੇਖੋ, ਉਹ ਕਿਹੜੀਆਂ ਔਰਤਾਂ ਨੇ ਜਿਨ੍ਹਾਂ ਨੂੰ ਪਤਾ ਕਿ ਸਾਡੇ ਖਾਮਦ ਇਸ ਟਾਈਮ ਕਿੱਥੇ ਨੇ? ਪਤਾ ਨਹੀਂ, ਬੇਵਾ ਔਰਤਾਂ ਪਤਾ ਕਿ ਮਰੇ ਨੇ? ਪੜ੍ਹਿਆ ਲਿਖਿਆ ਸਵਾਲ ਹੀ, ਹਾਂਜੀ ਉਮੀਦ ਨਹੀਂ ਤੂੰ ਜਵਾਬ ਦੇਗਾ। ਉਹ ਕਿਹੜਾ ਮੁਲਕ ਹੈ ਜਿਹਦੇ ਤਿੰਨ ਨਾਂ ਨੇ? ਪਤਾ ਨਹੀਂ, ਇੰਡੀਆ ਦੀ ਪਤਾ ਨਹੀਂ, ਸੋਚ ਤੇ ਸਹੀ ਨਹੀਂ ਪਤਾ ਬਸ। ਇੰਡੀਆ ਕਿਵੇਂ? ਇੰਡੀਆ, ਬੰਬਈ ਤੇ ਭਾਰਤ, ਇਹ ਤਿੰਨ ਨਾਂ ਨੇ, ਹਿੰਦੁਸਤਾਨ ਚਾਰ ਕਰ ਲਓ, ਤਿੰਨ ਹੈਗੇ ਨਾ, ਜਵਾਬ ਦੋਸਤੋ ਹੈਗੇ ਨੇ। ਇੱਕ ਹੋਰ ਸਵਾਲ,
ਤੇ ਪੁੱਛ ਉਹ ਦੱਸੋ ਜਨਾਬ ਉਹ ਕਿਹੜਾ ਠੇਠ ਨੇ ਜਿੱਥੇ ਮਰਦ ਦੇ ਤੇ ਔਰਤ ਦੇ ਸਾਰੇ ਕੱਪੜੇ ਲਾ ਜਾਂਦੇ ਨਹੀਂ ਪਤਾ ਨਹੀਂ ਆਪਰੇਸ਼ਨ ਠੇਠ ਯਾਰ ਪੱਟੀ ਉਹਨੂੰ ਭਾਈ ਪਤਾ ਉਹਦੇ ਮੰਗਦਾ ਪਤਾ ਉਹ ਕਿਹੜੀ ਅੱਗੇ ਉਹ ਕਿਹੜੀ ਅੱਗੇ ਜਿਹਨੂੰ ਬੁਝਾਉਣਾ ਪੈਂਦਾ ਉਹ ਕਿਹੜੀ ਅੱਗ ਜਿਹਨੂੰ ਬੁਝਾਉਣਾ ਪੈਂਦਾ ਪਤਾ ਨਹੀਂ ਯਾਰ ਪਿਆਸ ਚੌਧਰੀ ਚੱਠਾ ਨਾਂ ਹੈ ਮੇਰਾ ਚੌਧਰੀ ਚੱਠਾ ਜੀ ਛਿਆਸੀ ਚੱਕ ਬਾਬਾ ਮਸਤਾਨੀ ਆਪਣਾ ਪਿੰਡ ਅੱਛਾ ਜੇ ਇਸ ਦਫ਼ਤਰ ਦਾ ਪਤਾ ਲੱਗਾ ਜੀ ਸ਼ਾਦੀਆਂ ਤੁਸੀਂ ਕਰਾਉਂਦੇ ਹੋ ਹਾਂਜੀ ਨਾ ਤੇ ਮੈਨੂੰ ਗੰਦੇ ਕੰਮਾਂ ਦਾ ਸ਼ੌਕ ਜੇ ਨਾ ਸ਼ਾਦੀ ਦਾ ਸ਼ੌਕ ਤੇ ਫੇਰ ਕਾਹਦਾ ਸ਼ੌਕ ਆ ਲੈ ਤਿੰਨ ਸ਼ਾਦੀਆਂ ਮੇਰੀਆਂ ਹੋਈਆਂ ਨੇ ਜਨਾਬ ਅੱਛਾ ਜੀ ਬੱਚੀ ਬੱਚਾ ਕੋਈ ਨਹੀਂ ਤੁਹਾਡੇ ਤੇ ਨੁਕਸ ਹੋਏਗਾ ਇਹਦਾ ਮਤਲਬ ਹੈ ਪੂਰੇ ਮਹੱਲੇ 'ਚ ਨੁਕਸ ਹੈ ਐਸੀ ਕੋਈ ਗੱਲ ਨਹੀਂ ਜਨਾਬ ਤੇ ਗੱਲ ਕੀ ਹੈ ਬੱਚੀ ਬੱਚਾ ਕੋਈ ਨਹੀਂ ਔਰਤ ਕੋਈ ਇੰਜ ਦੀ ਦਿਓ ਜਿਹੜੀ ਬੱਚੇ ਦਵੇ ਸਰ ਤੁਸੀਂ ਬੇਕਰੀ 'ਤੇ ਨਹੀਂ ਆਏ ਤੁਸੀਂ ਸ਼ਾਦੀ ਦਫ਼ਤਰ ਆਏ ਹੋ ਜੇ ਤੇਰੀ ਕੋਈ ਭੈਣ ਹੈ ਤੇ ਤੈਨੂੰ ਜਵਾਬ ਹੀ ਆਪਸ ਮਿਹਨੇ ਨੀ ਦਿੰਦੀਆਂ ਸਰ ਮੇਰੀ ਗੱਲ ਸੁਣੋ ਇੱਥੇ ਜੇ ਸ਼ਾਦੀ ਕਰੋਗੇ ਸ਼ਾਦੀ ਤੋਂ ਬਾਅਦ ਤੁਹਾਡੇ ਬੱਚੀ ਬੱਚਾ ਹੋਏਗਾ ਉਹ ਵੀ ਜੇਕਰ ਰੱਬ ਨੇ ਚਾਹਿਆ ਤੇ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਰੱਬ ਦੀ ਖਾਸ ਨਿਮਤ ਜਨਾਬ ਕੋਈ ਦਰਬਾਰ ਨਹੀਂ ਛੱਡਿਆ ਕੋਈ ਮੰਨਤ ਨਹੀਂ ਛੱਡੀ ਅੱਛਾ ਬੱਚਾ ਜਿੰਝ ਦਾ ਮਰਜ਼ੀ ਹੋਵੇ ਭਾਵੇਂ ਹਰਾਮ ਦਾ ਹੀ ਹੋ ਜਾਏ ਜਿੰਝ ਦਾ ਵੀ ਹੋਵੇ ਬੱਚਾ ਚਾਹੀਦਾ ਵੀ ਬੱਚਾ ਹੀ ਲਾਇਓ ਹਾਂ ਨਹੀਂ ਨਹੀਂ ਬੱਚਾ ਇਨਸਾਨ ਦਾ ਚਾਹੀਦਾ ਇਹ ਇਨਸਾਨ ਹੀ ਹੈ ਜੀ ਨਹੀਂ ਨਹੀਂ ਜਨਾਬ ਇਹ ਨਹੀਂ ਹੁਣ ਮੈਂ ਖਾਲੀ ਗੁਗਲੂ ਮਗਲੂ ਜਿਆ ਕੋਈ ਬੱਚੇ ਹੋਣ ਦੇਖੋ ਮੇਰੀ ਗੱਲ ਮੇਰਾ ਵੀ ਦਿਲ ਕਰਦਾ ਹੈ ਮੇਰੇ ਬੱਚੇ ਹੋਣ ਮੇਰੀ ਬੇਗਮ ਤੁਹਾਡਾ ਨਾਂ ਕੀ ਹੈ ਹਾਂਜੀ ਦੱਸਿਆ ਤੇ ਹੈ ਜੀ ਚੱਠਾ ਚੱਠਾ ਤੇ ਤੁਹਾਡੇ ਦਾਦੇ ਦਾ ਕੀ ਨਾਂ ਹੈ ਕੱਠਾ ਕੱਠਾ ਸਟਾਇਆ ਹਾਂਜੀ ਉਹ ਪਹਿਲੇ ਕੱਠਾ ਹੋਇਆ ਫਿਰ ਅੱਗੋ ਚੱਠਾ ਹੋਇਆ ਤੇ ਤੁਹਾਡੇ ਤੇ ਤੁਹਾਡੇ ਵਾਲਦ ਦਾ ਕੀ ਨਾਂ ਹੈ ਹਾਂਜੀ ਤੁਹਾਡੇ ਵਾਲਦ ਦਾ ਉਹਨਾਂ ਦਾ ਵੀ ਚੱਠਾ ਹੀ ਜੀ ਚੱਠਿਆਂ 'ਚੋਂ ਚੱਠੇ ਹੀ ਆਉਣੇ ਨੇ ਤੈਨੂੰ ਨਹੀਂ ਪਤਾ ਯਾਰ ਤੇ ਅੰਮੀ ਤੁਹਾਡੀ ਦਾ ਨਾਂ ਕੱਟਾ ਹੋਣਾ ਤੁਹਾਡੀ ਮਿਹਰਬਾਨੀ ਜਨਾਬ ਮੇਰੀ ਗੱਲ ਸੁਣੋ ਤੁਹਾਡਾ ਵਿਆਹ ਬਹਿ ਕੇ ਡਿਸਕਸ ਕਰਨੇ ਆ ਅੰਦਰ ਆਓ ਤੁਹਾਨੂੰ ਮਿਲਾਉਂਦੇ ਆ ਇੱਥੇ ਉਹ ਤੇ ਔਰਤ ਹੈ ਤਾਂ ਮਕੂਲ ਜੀ ਮੇਰੇ ਮੱਥੇ ਲਵਾਓ ਸਨ ਲਵਾਉਂਦੇ ਆ ਇੱਧਰ ਜਾਓ ਮੇਰੀ ਗੱਲ ਸੁਣੋ ਤੁਹਾਡੀ ਮੈਂ ਕਿਉਂ ਸੁਣਾ ਮੇਰੀ ਕੋਈ ਨਹੀਂ ਸੁਣਾ ਰਿਹਾ ਪਸਤਾਨਾ ਬਾਬਾ ਮੇਰੀ ਗੱਲ ਸੁਣੋ ਜੀ ਸਰ ਮੇਰੀ ਗੱਲ ਸੁਣੋ ਆ ਜਾਏਗੀ ਨਾ ਭੈਣ ਹਾਂ ਆ ਜਾਏਗੀ ਪਸਤਾਨਾ ਬਾਬਾ ਉਹ ਨਹੀਂ ਆ ਚੱਠਾ ਹਰ ਬੰਦਾ ਇੱਥੇ ਆਇਆ ਚੱਠਾ ਤੇ ਕੱਟਾ ਤੇ ਮਰੇ ਦੱਸ ਦੱਸ ਬਾ ਕਰ ਆ ਜਾ ਆਲਾ ਪਾਣੀ ਪੀ ਲਾ ਜਲਦੀ ਤੂੰ ਪੀ ਤਾਂ ਸਹੀ ਕਢਾ ਮੈਂ ਦਵਾਂਗੀ ਤੇਰਾ ਪੀ ਜੇ ਕੱਟਣ ਦੀ ਬਹੁਤ ਹੀ ਜਲਦੀ ਤਾਂ ਮੈਨੂੰ ਦੱਸੋ ਨੌਕਰ ਤੁਹਾਡੇ ਆ ਕੀ ਤੂੰ ਕਹਿੰਦੀ ਹੈ ਨਹੀਂ ਆਉਂਦੇ ਆ ਕੀ ਕਹਿੰਦੀ ਆ ਆ ਕੀ ਕਿਹਾ ਹੀ ਸੋਹਣਿਆ ਦੁੱਧ ਪੀ ਗਏ ਨੇ ਬੱਚੇ ਤੇ ਕੁੱਤੀ ਨਸਲ ਦੇ ਆ ਕੱਚੇ ਐਡਾ ਜਿਹੜਾ ਤੂੰ ਬਗੈਰ ਢੱਕਣ ਤੋਂ ਰੱਖਿਆ ਸੀ ਇਸ ਗੱਲੋਂ ਸਾਡਾ ਨਹੀਂ ਠੀਕ ਨਾ ਬੱਚੇ ਪੀਣ ਨਾ ਉਹਨਾਂ ਦਾ ਪਿਓ ਕਹਿਣ ਦੇ ਜਾਵੇ ਇਹ ਏਡੀ ਤੇਜ਼ ਕੁੜੀ ਹੈ ਮੈਂ ਇਹਨੂੰ ਜਾਣਦਾ ਬੜੀ ਚੰਗੀ ਤਰ੍ਹਾਂ ਇਹ ਏਡੀ ਕਿ ਤੇਜ਼ ਹੀ ਇਹ ਤੇ ਸੁੱਤੇ ਹੋਏ ਬਾਬੇ ਨੂੰ ਠਾ ਕੇ ਵੀ ਉੱਠੋ ਨੀਂਦ ਦੀ ਗੋਲੀ ਖਾ ਲਓ ਮੈਂ ਤਾਂ ਬੜੀ ਤੇਜ਼ ਆ ਇਹਦੀ ਬੁੱਢੀ ਤੇ ਬੜੀ ਮਸੂਮ ਹੈ ਕਿਵੇਂ ਬਾਹਰ ਇੱਕ ਮੰਗਣਾ ਲਾਇਆ ਕਹਿੰਦੀ ਜਾਨੀ ਮੰਗ ਰਿਹਾ ਦੇ ਦੇਵਾਂ ਕਹਿੰਦਾ ਦੇ ਦੇ ਵਿਚਾਰੀ ਮਸੂਮ ਸੀ ਦੇ ਆਈ ਹਾਂ ਕੀ ਆਈ ਬੜੀ ਤੇਜ਼ ਬਸ ਤੁਸੀਂ ਹੈ ਕੌਣ ਅਸਲਾਮੁਅਲੈਕੁਮ ਵਾਲੇਕੁਮ ਅਸਲਾਮ ਵੇ ਜਾ ਮਾਫ ਕੀਤਾ ਗੁਨਾਹ ਅੱਜ ਮੈਂ ਕਰਨਾ ਵੈਸੇ ਮੈਡਮ ਮਧੂ ਆਈ ਲਵ ਯੂ ਤੁਹਾਡੀ ਮਿਹਰਬਾਨੀ ਸ਼ੇਖਪੁਰੇ ਆਏ ਹੋ ਤੁਹਾਨੂੰ ਸ਼ੇਖਪੁਰੇ ਦੇ ਬਾਰੇ 'ਚ ਇੱਕ ਦੋ ਗੱਲਾਂ ਸਮਝਾਉਣੀਆਂ ਸੀ ਉਹ ਕੀ ਉਹਨਾਂ ਤੋਂ ਬਚਣਾ ਕਿਹੜੀ ਕਿਹੜੀ ਸ਼ੇਖਪੁਰੇ ਦੀ ਪਹਿਲੀ ਗੱਲ ਭਲਾ ਕਿਹੜੀ ਹੈ ਕਿਹੜੀ ਤੂੰ ਇੱਕ ਮਿੰਟ ਬਹਿ ਮੈਂ ਹੁਣੇ ਆਇਆ
ਲਓ ਜੀ ਤੁਸੀਂ ਵਢੇਰੇ ਹੋ ਜਾਓਗੇ ਉਹ ਕੰਜਰ ਨਹੀਂ ਆਏਗਾ। ਦੂਜੀ ਗੱਲ ਸ਼ੇਖਪੁਰੇ ਦੀ, ਆ ਵੇਖੋ ਇੱਕ ਬੰਦਾ ਮੋਟਰਸਾਈਕਲ ਤੇ ਜਾ ਰਿਹਾ, ਤੇਰਾ ਸਲਾਮ ਲੈਣਾ। ਅਸਲਾਮ ਅਲੈਕੁਮ। ਤੀਜੀ ਗੱਲ ਸ਼ੇਖਪੁਰੇ ਦੀ, ਇੱਥੋਂ ਕਿਸੇ ਕੋਲ ਚੈੱਕ ਨਾ ਲਈ। ਕਿਉਂ? ਖੁਦਾ ਦੀ ਕਸਮ ਹੈ ਅੱਧੀ ਗੱਲਾਂ ਮੰਡੀ ਚੱਕਾਂ ਦੀ ਵਜ੍ਹਾ ਤੋਂ ਬੰਦ ਦੀ। ਇੱਕ ਬੰਦੇ ਨੇ ਮੈਨੂੰ 50,000 ਦਾ ਚੈੱਕ ਦਿੱਤਾ, 7,000 ਰੁਪਇਆ ਭਾਜੀ ਰਕਸ਼ੇ ਵਾਲੇ ਨੇ ਲੈ ਲਿਆ, ਕਸਮੇ ਬੈਂਕ ਹੀ ਨਹੀਂ ਲੱਗੋ। ਡੈਕਟ ਸ਼ਹਿਰ ਨਹੀਂ ਚਲਾ ਜਾਂਦਾ। ਮਾਮਾ ਜੀ ਤੁਹਾਡਾ ਤੇ ਹੁਣ ਤੁਹਾਡਾ ਤੇ ਹੋਣਾ ਹੀ ਹੈ ਮਾਮਾ ਜੀ, ਸਾਨੂੰ ਦੱਸੋ ਫਿਰ। ਅੱਲਾ ਤੁਹਾਡੀ ਖੈਰ ਕਰੇ ਭਾਈ, ਦੱਸੋ ਮੈਂ ਆਪਣੇ ਅਕਾਊਂਟ 'ਚ ਟ੍ਰਾਂਸਫਰ ਕਰਾਂ। ਇੱਧਰ ਆਇਆ ਮਾਮਾ ਜੀ ਨੂੰ ਵੱਡਾ ਬੋਸ਼ ਮਨਾ। ਵੈਸੇ ਮੈਡਮ ਇਹ ਗੱਲ ਕਵਾਂ ਜੀ ਜੀ, ਅੱਜ ਬੜੇ ਸੋਹਣੇ ਲੱਗ ਰਹੇ ਹੋ ਤੇ ਬੜੇ ਤਾਰੇ ਲਾਏ ਜੀ, ਚੱਲ ਮਸੰਮੀਆਂ ਦੀ ਸਾਲ ਜੀ ਲੈ। ਇੰਜ ਤੇ ਮੈਂ ਵੀ ਨਾਲਾ ਜਿਹਾ ਰੰਗੀਨ ਪਾਇਆ, ਸਾਡੇ ਕੇਲੇ ਦਾ ਹਕੀਕ ਹੈ। ਮੈਂ ਕਹਿੰਦਾ ਤੁਹਾਡੀਆਂ ਮਸੰਮੀਆਂ ਤੇ ਮੇਰਾ ਕੇਲਾ, ਅੱਜ ਮਿਲਕ ਸ਼ੇਕ ਬਣਾਈਏ। ਠੀਕ ਹੈ ਮਿਲਕ ਸ਼ੇਕ ਬਣਾ ਲੈਣਾ, ਪਰ ਮਸ਼ੀਨ ਤੇਰੀ ਮਾਂ ਦੀ ਹੋਏਗੀ। ਮਧੂ ਤੇਰੀ ਮਸ਼ੀਨ ਚ ਕੇਲਾ ਅੜਦਾ? ਮੇਰਾ ਥਰਮੋਸ ਵਾਲਾ ਹਿਸਾਬ ਹੈ। ਅੱਛਾ ਅੱਛਾ, ਤੈਨੂੰ ਵੀ ਸ਼ੀਸ਼ਾ ਪਿੱਛੋਂ ਪੈਂਦਾ। ਤੁਸੀਂ ਝੂਠ ਬੋਲਦੇ ਹੋ, ਤੁਸੀਂ ਵੱਢ ਹੀ ਨਹੀਂ ਸਕਦੇ, ਗਾਇਬ ਹੋ ਜਾਂਦਾ। ਔਰ ਉੱਤੋਂ ਤੁਹਾਨੂੰ ਇੱਕ ਗੱਲ ਦੱਸਾਂ, ਵਾਸਤਾ ਜੇ ਇੰਜ ਨਾ ਕਰਿਆ ਕਰੋ। ਕਿਉਂ? ਅਖਬਾਰੀ ਸਾਊਦੀ ਅਰਬ ਦੀ ਹਕੂਮਤ, ਅੱਛਾ, ਫਰੰਟ ਤੇ ਕਰਮੀ ਨੇ ਤਲਵਾਰ ਲੈ ਕੇ ਬੈਠੇ ਹੋਣਾ, ਜਿਹੜੀ ਕੁੜੀ ਨੇ ਆ ਕੇ ਇੰਜ ਕਰਨਾ ਉਹਨੇ ਯੱਲਾ। ਅਗਲੇ ਦਿਨ ਕੁੜੀ ਦੇ ਭਰਾ ਨੇ ਰੇਹੜੀ ਤੇ ਰੱਖ ਵੇਚਣੇ 250 ਦਾ ਜੋੜਾ ਜੇ। ਬਿਲਕੁਲ ਸਹੀ ਕਹਿ ਰਿਹਾ, ਪਹਿਲੇ ਇਹਦੀਆਂ ਤਿੰਨਾਂ ਭੈਣਾਂ ਦੇ ਇਸ ਤਰ੍ਹਾਂ ਹੀ ਵੱਡੇ ਉਹਨਾਂ ਨੇ। ਕੁੜੀਏ ਕੌਣ ਹੈ ਤੂੰ? ਬਦਮਾਸ਼ ਹੈ? ਹਾਂ, ਉਹ ਤੇਰੇ ਅਸ਼ਕੇ ਬਦਮਾਸ਼ੀ ਤੋਂ ਕਿਆ ਬਾਤ ਹੈ, ਨੱਚਣਾ ਨੋਟਾਂ ਲਈ, ਹੱਸਣਾ ਲੋਕਾਂ ਲਈ, ਉਹ 100-100 ਦੇ ਨੋਟ ਤੋਂ ਚੁੰਡੀਆਂ ਵਡਾਣੀਆਂ ਤੇ ਕਹਿਣਾ ਮੈਂ ਬਦਮਾਸ਼ ਹਾਂ। ਮੈਂ ਕਿਹਾ ਵਾਸੇ ਬਦਮਾਸ਼ੇ, ਕੱਲ ਮੈਂ ਤੇਰੀ ਬਦਮਾਸ਼ੀ ਵੇਖੀ। ਅੱਛਾ, ਕੱਲ ਮੈਂ ਇਹਦੀ ਬਦਮਾਸ਼ੀ ਵੇਖੀ, ਕਿੱਥੇ? ਲਿਬੜੀ ਸੀ। ਤੂੰ ਘਰ ਨਹੀਂ ਸੀ ਨਾ ਦੇਖਣੀ? ਸੁੱਚੇ ਲਵਾ ਕੀ ਆ, ਇੱਕ ਚੌਧਰੀ ਨਾ ਤੇ ਫੰਕਸ਼ਨ ਤੇ ਗਿਆ ਨੱਚਣ ਨੱਸਦੇ, ਠੀਕ ਹੈ, ਚੌਧਰੀ ਨੇ 100 ਨੂੰ ਇੱਥੇ ਪਾਇਆ ਤੇ ਖੁਸਰਾ ਫੜਨ ਲੱਗਾ ਤੇ ਉਹਦੀ ਮੁੱਛ ਦਾ ਵਾਲਾ ਤੇ ਨੱਕ 'ਚ ਵੱਜਿਆ, ਇਹਨੂੰ ਆਏ ਨਿੱਚ, ਚੌਧਰੀ ਨੂੰ ਲਾਈ ਚੁੱਕੀ, ਕਹਿੰਦਾ ਕੰਜਰਾ ਉਹ ਨੋਟ ਮੇਰੇ ਯਾਦਾਂ ਕਿਸੇ ਹੋਰ ਦੀਆਂ। ਇਹ ਸਹੀ ਹੋ, ਕੱਲ੍ਹ ਸੜਕ 'ਤੇ ਖਲੋਤਾ ਕੰਨ 'ਚ ਚਾਬੀ ਫੇਰਨ ਡਿਆ, ਇੱਕ ਬੰਦਾ ਆ ਕੇ ਕਹਿੰਦਾ ਭਾਅ ਜੀ ਨਹੀਂ ਸਟਾਰਟ ਹੋ ਰਹੀ ਤਾਂ ਧੱਕਾ ਲਾ ਦੀ ਹੈ। ਮਧੂ ਦੀ ਸੁਣ ਲੈ, ਛੋਟੇ ਹੋ ਦਿਆਰ ਮੈਂ ਪੁੱਛਿਆ, ਮੈਂ ਕਿਹਾ ਵੱਡੀ ਹੋ ਕੇ ਕੀ ਬਣੇਗੀ, ਕਹਿੰਦਾ ਘੋੜੀ। ਤੂੰ ਵੇਖਲਾ, ਤੂੰ ਮੇਰਾ ਕੁੜਤਾ ਪਾੜਦਾ, ਸ਼ੁਕਰ ਆ ਸਾਰਿਆ ਕੁੜਤਾ ਹੀ ਮੈਂ ਪਾੜਿਆ, ਤੇ ਜਦੋਂ ਮੈਂ ਪਾੜਿਆ ਨਾ ਤੇਰਾ ਕੁੜਤਾ, ਸਾਹਮਣੇ ਬੈਠਾ ਪਾੜ ਦੇ, ਅੱਜ ਮੈਂ ਪਰਚਾ ਕਰਾਉਣਾ। ਇੱਧਰ ਆ ਮੇਰਾ ਪਾੜ ਵੇਖੀ, ਕੱਲ੍ਹ ਸ਼ੋਹਰ ਭਰੇਗਾ। ਸਹੀ ਗੱਲ ਹੈ, ਕੁੜੀਆਂ ਛੁੜੀਆਂ ਵਹਾਉਂਦੀਆਂ ਤੇ ਸਾਰੇ ਆਉਂਦੇ, ਅੱਜ ਇਸ ਦਿਨ ਮੈਂ ਵਹਾਇਆ, ਅਗਲੇ ਦਿਨ ਇੱਕ ਨਹੀਂ ਵੜਨਾ ਇੱਥੇ। ਮੇਰੀ ਬਾਤ ਸੁਣੇ, ਇਹੋ ਜਹਾਜ਼ ਜਿਹਦੇ ਉੱਤੇ ਦੋ ਪਾਇਲਟ ਹੁੰਦੇ ਆ, ਕਿੱਥੇ ਕਰੇਗੀ ਵਿਆਹ? ਮੈਂ
ਕਿੱਥੇ ਕਰਾਵਾਂ ਭਲਾ ਭਾਈ ਬੜੀ ਜਗ੍ਹਾ ਤੇ ਪਾ ਦੇ ਬੜੀ ਜਗ੍ਹਾ ਤੇ ਪਾ ਦੇ ਲਾ ਤੂੰ ਤਾਂ ਵਿਆਹ ਕਰਨਾ ਦੱਸ ਮੇਰਾ ਨਾਂ ਹੈ ਕੀ ਮਾਮਾ ਨਾਂ ਤਾਂ ਚੇਂਜ ਕਰਾ ਲਾ ਵਿਆਹ ਕਰਾਉਣਾ ਹੈ ਚਲੋ ਛੱਡੋ ਪਰ ਬਾਬਾ ਜੀ ਮਾਫ ਕਰ ਦੇਣਾ ਇੱਕ ਗੱਲ ਕਰਨ ਲੱਗਾ ਬੁਰਾ ਨਾ ਬਣਾਣਾ ਮਾਮੇ ਦਾ ਪੁੱਤਰ ਨਾ ਦੂਜੀ ਦੁਕਾਨ ਤੋਂ ਪੈਸੇ ਲੈਣ ਗਿਆ ਕਹਿੰਦਾ ਪੈਸੇ ਦੇ ਦਿਓ ਤੈਨੂੰ ਕਿਹਨੇ ਭੇਜਿਆ ਮੈਨੂੰ ਮਾਮੂ ਨੇ ਭੇਜਿਆ ਮੈਂ ਕਿਹਾ ਮਧੂ ਮਧੂ ਦੁੱਧ ਚ ਵਾਲ ਪਿਆ ਹੋਵੇ ਵਾਲ ਕੱਢ ਕੇ ਦੁੱਧ ਪੀ ਲੈਣਾ ਚਾਹੀਦਾ ਹਾਂ ਅੱਜ ਤੈਨੂੰ ਮੈਂ ਉਹ ਨਾ ਪਿਆਵਾਂ ਜਿਹਦੇ ਥੱਲੇ ਦੋ ਖਰੋਟ ਤੇ ਅੱਜ ਮੈਂ ਤੈਨੂੰ ਨਾ ਉਹ ਪਿਆਵਾਂ ਜਿਹੜਾ ਸਾਲਾ ਹੀ ਵਾਲਾਂ ਨਾਲ ਲੁਕੇ ਆ ਹੋਰ ਸੁਣਾ ਮੈਂ ਕਿਹਾ ਸਹੇਲੀ ਤੇਰੇ ਦੰਦ ਬੜੇ ਸੋਹਣੇ ਟਾਈਮ ਕੱਢ ਕੇ ਕਿਤੇ ਇੱਕ ਦੰਦੀ ਤੇ ਵੱਢ ਪਹਿਲੇ ਵੱਢ ਸੀਨੇ ਤੇ ਫਿਰ ਮੇਰੇ ਜਾਨੂ ਦੇ ਕਮੀਨੇ ਤੇ ਬੰਦਾ ਕਮੀਨੇ ਤੇ ਸਾਲੇ ਹੁਣ ਤੋਂ ਪਹਿਲੇ ਤੂੰ ਇੰਨੇ ਟੱਕ ਲਾਏ ਇਹ ਮੇਰੇ ਜਾਨੂ ਦੀਆਂ ਤੇ ਤਿਆਰੀਆਂ ਮੈਂ ਬੜੀ ਹਰੇ ਕਿਹਾ ਦੰਦੀ ਨਾ ਵੱਢਿਆ ਕਰੋ ਸਹੇਲੀ ਵਾਕਈ ਤੇਰੇ ਹੋਂਠ ਬੜੇ ਸੋਹਣੇ ਥੈਂਕ ਯੂ ਮੂੰਹ ਵਾਲੇ ਨਹੀਂ ਜਿਹੜੀ ਤੂੰ ਰਾਤੀ ਮੈਨੂੰ ਫੋਟੋ ਨਹੀਂ ਸੀ ਵਟਸਐਪ ਕੀਤੀ ਕਿ ਓਲੈਕਸ ਤੇ ਪਾ ਦੇ ਹੋਲੇ ਮੈਂ ਕਿਹਾ ਮਧੂ ਮਧੂ ਜੀ ਆਪਸ ਦੀ ਗੱਲ ਮੈਂ ਬੜੇ ਅਰਸੇ ਤੋਂ ਪੂਰਾ ਮਹੀਨਾ ਹੋ ਗਿਆ ਤੈਨੂੰ ਕਹਿਣਾ ਚਾਹ ਰਿਹਾ ਕਿ ਆਈ ਲਵ ਯੂ ਦਾ ਕੀ ਮਤਲਬ ਹੈ ਸਿੰਪਲ ਮੈਂ ਤੁਮ ਸੇ ਪਿਆਰ ਹੂੰ ਸ਼ਟ ਅਪ ਉਹ ਤੇਰੇ ਨਸੀਬਾਂ ਜੱਟਾਂ ਦੇ ਮੁੰਡੇ ਕਿੱਥੋਂ ਸੁਣੋ ਕੋਈ ਨਹੀਂ ਸਾਹਮਣੇ ਜਾ ਕੇ ਬੈਠਾ ਉਹ ਕਿੱਥੇ ਜ਼ਮੀਨ ਕਿੱਥੇ ਅਸਮਾਨ ਕਿੱਥੇ ਅਕਬਰੇ ਬਾਦਸ਼ਾਹ ਕਿੱਥੇ ਛਾਦੋ ਚੰਗੜੀ ਯਕੀਨ ਕਰ ਤੇਰੇ ਵਰਗੀ ਗੰਦੀ ਟਾਕੀ ਅਸੀਂ ਕੰਧ 'ਚ ਤੁੰਨੀ ਦੀ ਏ ਚਮਲਾ ਯੇਰਾਂ ਦੀਆਂ ਚੁੱਪੀਆਂ 'ਚ ਰਹਿਣ ਵਾਲੀਏ ਤੈਨੂੰ ਸੰਗੇ ਮਰਮਰ ਦਿਖਾ ਦਿੰਦੇ ਆ ਸ਼ਰਮ ਹੀ ਨਹੀਂ ਓਏ ਤੂੰ ਉਹ ਸੰਗੇ ਮਰਮਰ ਜਿਹੜਾ ਬਾਥਰੂਮ 'ਚ ਲੱਗਦਾ ਹਾਂ ਤੇਰੀਆਂ ਭੈਣਾਂ ਕਿੱਥੇ ਨੇ ਹੁੰਦੀਆਂ ਬਕਵਾਸ ਮਤ ਕਰ ਜਿਹੜੀ ਥੋੜੀ ਕੁੜੀ ਉਹਨੂੰ ਸ਼ੇਰ ਕਹੋ ਪਾਗਲੋ ਅੱਛਾ ਕਹਿੰਦਾ ਪਾਣੀ 'ਚ ਬਹਿ ਕੇ ਹਵਾ ਲੱਭਦਾ ਰਿਹਾ ਕਾਲ ਸਾਰਾ ਸੰਡਾ ਤੇਰੀ ਗਾਲ ਉੱਤੇ ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ ਗੁੜਤੀ ਦੇਣੀ ਸੀ ਉਹਨੇ ਜਿਹੜਾ ਬੋਲੇ ਕੁੱਤੇ ਦਾ ਪੁੱਤਰ ਹੋਵੇ ਪਾਣੀ ਚ ਬਹਿ ਕੇ ਹਵਾ ਸਾਨੂੰ ਅੱਜ ਲੱਗਾ ਪਤਾ ਜਾਨੀ ਕੋਈ ਤੇਰੀ ਨਸਲ ਦਾ ਆਜ਼ਾਦ ਚਵਲੋ ਆਪ ਹੀ ਬੋਲ ਚਲੋ ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ ਕੱਲ ਮੈਂ ਕੰਜਰ ਵੇਖਣਾ ਸੀ ਤੈਨੂੰ ਤਾਂ ਲੱਭਦਾ ਰਿਹਾ ਯਾਰ ਤੁਸੀਂ ਬਾਸ ਨਹੀਂ ਆਉਣਾ ਅਸੀਂ ਇਲ ਵੀ ਨਹੀਂ ਆਉਣਾ ਯਾਰ ਸ਼ੇਅਰ ਕਰਨ ਦਿਓ ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ ਕੱਲ ਮੈਂ ਇੰਨਾ ਖੁਸਰਾ ਸੁੱਤਾ ਮੈਂ ਆਪਣੀ ਬਾਹ ਲੱਭਦਾ ਰਿਹਾ ਤੂੰ ਟੱਚ ਮੋਬਾਈਲ ਚਲਾਉਣਾ ਸੀ ਭਈਆ ਚੁੱਪ ਕਰ ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ ਤੂੰ ਪਾਣੀ ਚ ਹਵਾ ਛੱਡੀ ਕਿਉਂ ਯਾਰ ਸ਼ੇਅਰ ਕਰ ਦੇ ਮੈਂ ਤੈਨੂੰ ਨਹੀਂ ਪਤਾ ਬੁਲਬੁਲੇ ਬਣ ਕੇ ਉੱਤੇ ਆ ਜਾਂਦੇ ਚਵਲੋ ਇਹ ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ ਕੱਲ ਮੇਰੇ ਕੋਲ ਰਸ ਸੀ ਖਾਣ ਵਾਸਤੇ ਚਾਹ ਲੱਭਦਾ ਰਿਹਾ ਤੇਰੀ ਹਵਾ ਨਿਕਲਣ ਹੀ ਨਹੀਂ ਦੇਣੀ ਅਸੀਂ ਜਾ ਕੁੱਟ ਹਵਾ ਚਵਲਾ ਇਹ ਛੇਦ ਕਰ ਲਿਆ ਮੈਨੂੰ ਸੁਟੋ ਸ਼ੇਰ ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ ਕੱਲ ਮੈਨੂੰ ਖੁਸਰਾ ਮਿਲਿਆ ਮੈਂ ਥਾਂ ਲੱਭਦਾ ਰਿਹਾ ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ ਤੂੰ ਲੱਭ ਲਾ ਬਾਈ ਲੱਭੇਗੀ ਤਾਂ ਮੈਨੂੰ ਵਟਸਐਪ ਕਰ ਦੇ ਪਾਣੀ ਚ ਬਹਿ ਕੇ ਹਵਾ ਲੱਭਦਾ ਰਿਹਾ ਇੱਕ ਬੇਵਫਾ ਤੋਂ ਵਫਾ ਲੱਭਦਾ ਰਿਹਾ ਹੱਥੀ ਤਰਾਸ਼ਿਆ ਇੱਕ ਪੱਥਰ ਦਾ ਬੁੱਤ ਉਸ ਬੁੱਤ ਦੇ ਵਿੱਚੋਂ ਮੈਂ ਖੁਦਾ ਲੱਭਦਾ ਰਿਹਾ
ਤਰ ਤਰ ਕੀਤਾ ਜਿੰਨੇ ਆਪਣੇ ਰੂਹ ਦਾ ਲਿਬਾਸ ਉਸ ਨੰਗੇ ਬਦਨ ਚੋਂ ਮੈਂ ਹਯਾ ਲੱਭਦਾ ਰਿਹਾ ਦੇਖਿਆ ਜੀ ਜਦੋਂ ਬੁੱਢੀ ਗੰਦੀ ਨਿਕਲ ਆਏ ਤੇ ਬੰਦੇ ਨੂੰ ਕਿੰਨਾ ਦੁੱਖ ਹੁੰਦਾ ਅੱਜ ਵੀ ਸ਼ਹਿਰ ਹੈ ਹਾਂਜੀ ਰਾਤੀ ਧੁੱਪੇ ਬਹਿ ਕੇ ਮੈਂ ਲਿਖਿਆ ਔਰ ਰਾਤ ਕਿਹੜੀ ਧੁੱਪ ਚੜਦੀ ਤੇਰੀ ਭੈਣ ਜਿਹੜਾ ਚੰਨ ਚੜਾ ਸਕਦੀ ਮੈਂ ਰਾਤ ਨੂੰ ਧੁੱਪ ਨਹੀਂ ਕਰ ਸਕਦਾ ਜਦੋਂ ਚੰਨ ਚੜਾਵੇ ਦੋ ਤਾਰੇ ਮੇਰੇ ਕੋਲ ਵੀ ਲੈ ਲੈਣਾ ਕਹਿੰਦਾ ਸ਼ਹਿਰ ਕਹਿੰਦਾ ਹੈ ਤੈਨੂੰ ਕਹਿੰਦਾ ਹਾਂ ਸ਼ਹਿਰ ਕਹਿੰਦਾ ਟੋਲੀ ਤੇਰੀ ਵੀ ਉੱਠੀ ਟੋਲੀ ਤੇਰੀ ਵੀ ਉੱਠੀ ਟੋਲੀ ਮੇਰੀ ਵੀ ਉੱਠੀ ਚਾਰ ਤੇਰੇ ਵੀ ਥੇ ਚਾਰ ਮੇਰੇ ਵੀ ਥੇ ਫੂਲ ਤੁਝਮੇ ਵੀ ਥੇ ਫੂਲ ਮੁਝਮੇ ਵੀ ਥੇ ਰੋ ਤੇਰੇ ਵੀ ਰਹੇ ਥੇ ਰੋ ਮੇਰੇ ਵੀ ਰਹੇ ਥੇ ਫਰਕ ਸਿਰਫ ਇਤਨਾ ਥਾ ਤੂੰ ਕਿਸੀ ਕੀ ਦੁਨੀਆ ਮੇ ਆ ਰਹੀ ਥੀ ਮੈਂ ਤੇਰੀ ਦੁਨੀਆ ਸੇ ਜਾ ਰਹਾ ਥਾ ਅੱਬਾ ਜੀ ਨੂੰ ਕੀ ਹੋਇਆ ਸੀ ਤੂੰ ਨਹੀਂ ਬਾਜ਼ ਆਣਾ ਕੋਈ ਖੋਲ ਕਿਤਾਬ ਇਸ਼ਕ ਦਾ ਕੋਈ ਅਗਲਾ ਵਰਗਾ ਫੋਲ ਇੱਕ ਰੋਈ ਸੁਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਮੈਂ ਅੱਜ ਲੱਖਾਂ ਧੀਆਂ ਰੋਂਦੀਆਂ ਤੇ ਵਾਰਿਸ ਸ਼ਾਹ ਨੂੰ ਕਹਿਣ ਉੱਠ ਦਰਦ ਮਨਾ ਦਿਆ ਦਰਦੀਆ ਤੇ ਤੱਕ ਆਪਣਾ ਪੰਜਾਬ ਅੱਜ ਪਹਿਲੇ ਲਾਸ਼ਾਂ ਵਿਛੀਆਂ ਤੇ ਲਹੂ ਨਾਲ ਭਰੀ ਚਰਾਬ ਦੱਸੋ ਕਿਹਨੂੰ ਜਾ ਕੇ ਆਖੀਏ ਇੱਥੇ ਸਭ ਤੋਂ ਬਣ ਕੇ ਚੋਰ ਦੱਸੋ ਕਿੱਥੋਂ ਲੱਭ ਕੇ ਲਿਆਈਏ ਇੱਕ ਵਾਰਿਸ ਸ਼ਾਹ ਹੋਰ ਨੌਕਰਾ ਚਾਹ ਬਣਾ ਕੇ ਰੋਟੀ ਪਕਾ ਕੇ ਸੋਹਣਾ ਤਰੀਕੇ ਨਾਲ ਚਾਹ
ऐसे गलत बात
याद है किसी की एलसीडी के ऊपर स्क्रैचेस डालना? अच्छा oh my God. तो मैं नहीं पता मेरा मार्केटिंग का काम है. अच्छा अल्लाह ताला जब तक बची बच्चे दवे ना मैडम फीटर खुले. अच्छा यह बंदे महल्ले दे फजूल होंगे. गल पता की है जी सुनी कुड़ी आई है पागलो को काम लवो. मैं तुहानू चाहना वा कि तुसी मशहूरी च काम करो. अच्छा ਤੁਸੀਂ ਮਿਲਕ ਪੈਕ ਦੁੱਧ ਤੇ ਮਸ਼ਹੂਰੀ ਕਰੋ. ਓਕੇ ਉਹ ਹੀ ਕਰ ਸਕਦੇ. ਸਿੰਪਲ ਜੀ ਮਸ਼ਹੂਰੀ ਕਰਨੀ ਹੈ. ਜੀ ਆ ਕਿਹੜਾ ਹਲੀਮ ਗਾੜਾ ਜੋ ਹੈ. ਓਕੇ ਹਲੀਮ ਨਹੀਂ ਨਹੀਂ ਐਂਜ ਨਹੀਂ ਜਰਾ ਪਤਾ ਲੱਗੇ ਦੁਕਾਨ ਦੀ ਖੁੱਲਣ ਲੱਗੀ ਹੈ. ਅੱਛਾ ਹਲੀਮ ਗਾੜਾ ਜੋ ਹੈ ਡੱਬਾ ਚਾਹੀਦਾ ਸੀ ਖੋਲੇ ਚਾਹੀਦਾ ਸੀ ਖੋਲੇ ਦੁੱਧ ਤੋਂ ਨੂੰ ਕਰਸੇ ਦਸਤਿਆਬ ਹੈ. ਆ ਭਾਈ ਤੂੰ ਬੱਤੀ ਧਾਰਾਂ ਬਖਸ਼ਾਉਣ ਆਇਆ मोटे बंदे दी कोई जिंदगी नहीं. चारा साल बाद शीशे अगे खलो के इको गल कहिंदे खरो के करूली की प्यो ने घबरा के मोटर बंद करती. कमेटियां चुक लो. क्या है दोबारा प्लीज प्लीज अगेन अगेन चार्जिंग मैडम मैडम एक नंबर ते मिलाओ. दसो डबल जीरो साडा भी इत्थे ही डर लगदा जी. पिछे तो सालियां ने बुरखे च ले हुंदे जिवें फलस्तीन दीआं बेवा. बलात्कार कर लो. मैडम मैडम मैडम
ਫਿਗਰ ਦਾ ਹਾਂ ਜੀ ਹਾਂ ਜੀ ਓਏ ਪਤਨੀ ਦੀ ਕਾਂਡ ਦਾ ਫਿਗਰ ਕੀ ਹੁੰਦਾ ਜੀ ਦੱਸਣਾ ਇੰਚ ਹਾਂ ਜੀ ਇੰਚ ਹਾਂ ਜੀ ਇੰਚ ਇਹ ਸ਼ੇਖਪੁਰ ਹੈ ਹਾਂ ਇੱਥੇ ਉੱਤੋਂ ਇੰਜ ਥੱਲੇ ਹੋਇਆ ਇੰਜ ਵੈਸੇ ਮੈਡਮ ਜੀ ਕੁਦਰਤੀ ਸ਼ੇਖਪੁਰੇ ਆਏ ਹੋ ਹਾਂ ਜੀ ਆਓ ਤੁਹਾਨੂੰ ਸ਼ੇਖਪੁਰੇ ਦੀ ਸੈਰ ਕਰਾਈਏ ਸੱਚੀ ਉਹ ਕਿਵੇਂ ਮਿੰਟ ਲੱਗਣਾ ਕਿਵੇਂ ਆ ਵੇਖਣਾ ਸ਼ੇਖਪੁਰੀ ਇਹ ਹੋਣ ਦਾ ਸਬੂਤ ਦੇਾਂਗੇ ਅੱਛਾ ਇੱਥੇ ਖਲੋਤੇ ਹੀ ਫਰਾ ਦੇਣਾ ਸੱਚੀ ਐ ਅੱਖਾਂ ਬੰਦ ਕਰੋ ਫਰਜ਼ ਕਰੋ ਤੁਸੀਂ ਬੱਤੀ ਚੌਂਕ ਖਲੋਤੇ ਹੋ ਓਕੇ ਸਾਹਮਣੇ ਇੱਕ ਬੱਸ ਆ ਰਹੀ ਹੈ ਆ ਰਹੀ ਹੈ ਉਹਦੇ ਵਿੱਚ ਬਹਿਓ ਬਹਿ ਗਈ ਬੱਸ ਜਾ ਰਹੀ ਹੈ ਜਾ ਰਹੀ ਹੈ ਹੁਣ ਇੱਕ ਟਿੱਕੀਆਂ ਵਾਲਾ ਚੜਿਆ ਉਹਨੇ ਰਿਜ਼ਕ ਪਾਣੀ ਨਹੀਂ ਕਮਾਣਾ ਚੜ੍ਹ ਲੈਂਦੇ ਤੁਹਾਡਾ ਕੀ ਜਾਣਾ ਜਾਣਾ ਤੇ ਉਹਦਾ ਹੀ ਰਿਜ਼ਕ ਦਾ ਤੇ ਪਤਾ ਨਹੀਂ ਇੱਥੇ ਪਾਣੀ ਕਮਾਉਣਾ ਚਲੋ ਮੈਡਮ ਹਾਂ ਜੀ ਟਿੱਕੀਆਂ ਵਾਲਾ ਚੜਿਆ ਚੜ ਗਿਆ ਉਹ ਉਤਰਿਆ ਹਾਂ ਖਾਨਪੁਰ ਨਹਿਰ ਤੇ ਗੱਡੀ ਰੁਕੀ ਉੱਥੇ ਇੱਕ ਕੁਲਫੀਆਂ ਵਾਲਾ ਚੜ ਗਿਆ ਆ ਜਿਹੜਾ ਚੜਿਆ ਕੁੜੀ ਮੇਰੇ ਨਾਲ ਫਸਾ ਦਿਓ ਭਾਈ ਕਿਹੜੀ ਆਹ ਕੁੜੀ ਮੇਰੇ ਨਾਲ ਹੀਰਮਨ ਪਾਓ ਯਕੀਨ ਮੰਨੋ ਮੈਂ ਚੁੱਪ ਕਰਕੇ ਪਿਆ ਰਹਾਂਗਾ ਉਹਨੂੰ ਚੁੱਪ ਕਰਕੇ ਪੈਣ ਵਾਲੇ ਨਹੀਂ ਚਾਹੀਦੇ ਹਾਂ ਵੇਖਲਾ 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 ਯਾਰ ਆਹ ਬੰਦਾ ਵੀ ਦੁਨੀਆ ਦਾ ਆਖਰੀ ਠੱਗੀ ਇਹੋ ਜਿਹੇ ਬੰਦੇ ਦਾ 3 ਸਾਲ ਬਾਅਦ ਪਤਾ ਲੱਗਦਾ ਬੁੱਢੀ ਅਜੇ ਤੱਕ ਕੁਆਰੀ ਹੈ ਸੱਸ ਨਾਲ ਖਰਾਬ ਇਹ ਤੇ ਐਡਾ ਠਰਕੀ ਇਹਦੀ ਮਾਂ ਇਹਨੂੰ ਕਹਿੰਦੀ ਚੌਲਾ ਉਦੋਂ ਘਰ ਆਇਆ ਕਰ ਜਦੋਂ ਤੇਰਾ ਪਿਓ ਹੋਵੇ ਅੱਜ ਮੈਨੂੰ ਭਲਾ ਕੀ ਲੱਗਦਾ ਈ ਇਹਦੇ ਅੱਬੇ ਇਹਨਾਂ ਨੂੰ 1000 ਰੁਪਇਆ ਦੇ ਕੇ ਕਿਹਾ ਘਰ ਲੇਟ ਆਈ ਤੇਰੀ ਮਾਂ ਨਾਲ ਮੈਨੂੰ ਕੰਮ ਨਹੀਂ ਇਹਦਾ ਮੂੰਹ ਬਾ ਕਿਹਦੇ ਵਰਗਾ ਕਿਹਦੇ ਵਰਗਾ ਦੱਸੋ ਕਿਹਦੇ ਵਰਗਾ ਹੱਥ ਦੇ ਮਿਹਨਤ ਵਰਗਾ ਜੀ ਮਹਿਤਾ ਸਾਹਿਬ ਹਾਂ ਭਾਜੀ ਹਾਂਜੀ ਉਹ ਵੈਸੇ ਬਿਮਾਰ ਹੋਇਆ ਬਲੱਡ ਲੋ ਹੋਇਆ ਉਹਦਾ ਲਾ ਜੀ ਤੁਹਾਨੂੰ ਪਤਾ ਦੁਨੀਆ ਦਾ ਖੁਸ਼ ਨਸੀਬ ਆਦਮੀ ਹੈ ਇਹ ਤੇ ਤੁਹਾਡੀ ਖੁਸ਼ ਨਸੀਬੀ ਤੁਸੀਂ ਇਹਨੂੰ ਵੇਖਣ ਦਏ ਹੋ ਅੱਛਾ ਜੀ ਨਹੀਂ ਤੇ ਇਹਦੀ ਅੰਮੀ ਤੈਨੂੰ ਜ਼ਾਇਆ ਕਰਾਉਣ ਲੱਗੀ ਆਹੋ ਵੀ ਇਹ ਵੀ ਬੜਾ ਖੁਸ਼ ਨਸੀਬ ਆਦਮੀ ਕਿਵੇਂ ਇਹ ਪਾਕਿਸਤਾਨ ਦਾ ਉਹ ਚਰਸੀ ਉਹ ਜਹਾਜ਼ ਹੈ ਜਿਹਨੂੰ ਪਾਕਿਸਤਾਨ ਸਭ ਤੋਂ ਪਹਿਲੇ ਬਾਬਾ ਸੀਰ ਹੋਇਆ ਮੈਂ ਕਿਹਾ ਭਾਈ ਨੇ ਆ ਪਾਗਲਾ ਅਸੀਂ ਤੇ ਇਹ ਕਹਿੰਦੇ ਆ ਆ ਇੰਡੀਆ ਗੱਡੀਆਂ ਬੜਕਾ ਮਾਰਨ ਦੇ ਆ ਆਹੋ ਇਹਨਾਂ ਕੋ ਸਿਰਫ 250 ਜਹਾਜ਼ ਹੈ ਅੱਛਾ ਇਹ ਸਾਡਾ ਸੋਹਣਾ ਪਾਕਿਸਤਾਨ ਤੇ ਘਰ ਘਰ ਚ ਜਹਾਜ਼ ਹੈ ਉਹ ਨਾਲੇ ਇੰਡੀਆ ਸਾਡਾ ਕਿੱਥੇ ਕੁਝ ਵਿਗਾੜ ਸਕਦਾ ਕਿਵੇਂ ਅਸੀਂ ਪੰਜਾਬੀ ਲੋਕ ਆ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਅਸੀਂ ਤਾਂ ਮੁੰਡੇ ਦੇ ਵਿਆਹ ਤੇ ਇੰਨੀ ਫਾਇਰਿੰਗ ਕਰਦੀ ਤੇ ਕੋਈ ਪੁਲਿਸ ਆ ਕੇ ਉਹਦੇ ਪਿਓ ਨੂੰ ਫੜ ਕੇ ਲੈ ਜਾਂਦੀ ਇਹਨਾਂ ਨੂੰ ਕੀ ਪਤਾ ਨਾਲ ਵੇਖ ਤੇ ਸਹੀ ਅਸੀਂ ਤੇ ਬਾਬਾ ਜੀ ਕਰਨਲ ਦੇ ਚੌਲ ਖਾਣੇ ਆ ਜਰਨਲ ਦੇ ਪੱਖੇ ਥੱਲੇ ਬਹਿੰਦੇ ਆ ਉੱਤੋਂ ਕੈਪਟਨ ਦੇ ਸਿਗਰਟ ਪੀਂਦੇ ਆ ਸਾਡੇ ਨਾਲ ਕਿਵੇਂ ਲੜਨਾ ਉਹ ਪਾਗਲਾ ਪੂਰੀ ਦੁਨੀਆ ਦੇ ਉੱਤੇ ਸਭ ਤੋਂ ਵੱਡੀ ਸੁਪਰ ਪਾਵਰ ਹੈ ਪਾਕਿਸਤਾਨ ਅੱਲਾ ਜਾਣਦਾ ਇਹ ਐਟਮੀ ਤਾਕਤ ਹੈ ਪਾਕਿਸਤਾਨ ਸਾਡੇ ਕੋਈ ਜੁੱਤੀ ਵਰਗਾ ਨਹੀਂ ਹੈਗਾ ਸਾਡੇ ਪਾਕਿਸਤਾਨ ਦੀ ਯਕੀਨ ਮੰਨੋ ਇਸ ਤਰ੍ਹਾਂ ਦਾ ਬੰਦਾ ਰੱਖਿਆ ਵਾਲਿਆਂ ਨੂੰ ਹੱਥ ਦੇਵੇ ਬਗੈਰ ਪੁੱਛਿਓ ਸਾਈਆਂ ਦੀ ਬਸਤੀ ਲਾਉਣ ਦਾ ਕਿੱਥੇ ਲੈ ਗਿਆ ਸਾਈਆਂ ਭਾਈ ਨੇ ਹਾਂ ਇਹ ਮੈਂ ਸੁਣਿਆ ਜਿਹੜਾ ਸੁਲਤਾਨ ਰਾਈ ਹੈ ਆਹੋ ਉਹਨੇ ਤੁਹਾਡੀ ਅੰਮੀ ਬੜੀ ਵਾਈ ਹੈ ਆ ਜਿਹੜਾ ਮਨਸੂਰ ਮਲੰਗੀ ਹੈ ਇਹਨੇ ਸੁਣਿਆ ਤੇਰੀ ਭੈਣ ਬੜੀ ਟੰਗੀ ਹੈ ਮੈਂ ਸੁਣਿਆ ਜਿਹੜਾ ਅੰਬਰ ਬੋਲੇ ਇਹਨੇ ਦਿੱਤਾ ਤੈਨੂੰ ਇਹ ਜਿਹੜਾ ਸ਼ਾਹਦ ਫਰੀਦੀ ਹੈ ਇਹਨੇ ਥੋੜੀ ਤੇਰੀ ਛੋਟੀ ਭੈਣ ਖਰੀਦੀ ਹੈ ਆ ਜਿਹੜਾ ਸੰਜੇ ਦੱਤ ਹੈ ਉਹਦਾ ਨਹੀਂ ਮੈਨੂੰ ਪਤਾ ਆਈ ਲਵ ਟਾਈਗਰ ਸ਼ਰਾਫ ਟਾਈਗਰ ਸ਼ਰਾਫ ਇਹ ਨਹੀਂ ਤੇ ਆ ਜਿਹੜਾ ਸ਼ਫਕਤ ਚੀਮਾ ਇਹਨੇ ਤੇਰੀ ਦਾਦੀ ਦਾ ਲਾਇਆ ਮਹੀਨਾ ਇਹ ਜਿਹੜਾ ਵਸੀਮ ਅਕਰਮ ਖੱਬੂ ਹੈ ਇਹ ਤੇਰਾ ਨਜਾਇਜ਼ ਅੱਬੂ ਹੈ ਇਹ ਚਮੜਾ ਮਾਰ ਇਹ ਜਿਹੜਾ ਅਕਸ਼ੇ ਕੁਮਾਰ ਹੈ ਇਹ ਨਿੱਕੀ ਬਾਜੀ ਦਾ ਯਾਰ ਹੈ ਆ ਜਿਹੜਾ ਨੀਲ ਕਪੂਰ ਹੈ ਉਹ ਮੇਰੇ ਤੋਂ ਬਹੁਤ ਦੂਰ ਹੈ ਚਮੜਾ ਲਾਂ ਦੀ ਨਾ ਹੋਵੇ ਤਾਂ ਜੀ ਅੱਲਾ ਖੈਰ ਹੀ ਕਰੇ ਯਾਰ ਆ ਸਾਰੇ ਮਸਫਾਈਆਂ ਕਰਤੀਆਂ ਹਾਂਜੀ ਸਾਰੇ ਪੱਤੇ ਵਾਸ਼ ਹੋ ਗਏ ਨੇ ਇੱਧਰ ਵੀ ਸਾਫ਼ ਹੋ ਗਏ ਤੇ ਕੁੰਡ ਕੋਲ ਅੱਛਾ ਅੱਛਾ ਆ ਜਾਓ ਆ ਜਾਓ
ਲਓ ਜੀ ਚਾਹ ਪੀਣੀ ਚਾਹੀਦੀ ਚਾਹ ਪੀ ਕੇ ਬੰਦਾ ਸਕੂਨ ਹੋ ਜਾਂਦਾ ਅੱਜ ਨਹੀਂ ਨਸ ਕੇ ਪਿੰਡ ਪਹੁੰਚ ਕੀ ਹੈ ਉਹ ਤੇਰੀ ਅੰਮੀ ਸੱਪ ਨੂੰ ਲੜ ਗਈ ਹਾਂ ਭਾਜੀ ਹਾਲਾਤ ਸਹੀ ਨਹੀਂ ਰਹੇ ਭਾਈਓ ਕੀ ਗੱਲਾਂ ਹੋ ਨਹੀਂ ਰਹੀਆਂ ਅੱਛਾ ਪਹਿਲੇ ਮੈਂ ਬੜਾ ਵੱਡਾ ਨਵਾਬ ਸਾਂ ਅੱਛਾ ਖਾਨਦਾਨੀ ਨਵਾਬ ਹਾਂ ਯਕੀਨ ਮੰਨ 1,10,000 ਦਾ ਕੁੱਤਾ ਲਿਆ ਹਾਂ ਅੱਛੀਆਂ ਦਾ ਵੇਚਦਾ ਕਿਉਂ ਉਹ ਮੇਰਾ ਬਰਾਬਰ ਬੰਦਾ ਸੀ ਦੁੱਖੇ ਵੇ ਕਿ ਗੱਲ ਬੜੀ ਸਮਝਦਾ ਸੀ ਹਾਂ ਵੈਸੇ ਆਪਸ ਦੀ ਗੱਲ ਹੈ ਇੱਥੇ ਬੈਠ ਕਿਤੇ ਵਿਆਹ ਕਰਾ ਦੇ ਮੇਰਾ ਵੀ ਯਾਰ ਤੇਰੇ ਭਰਾ ਨੂੰ ਸਹੀ ਨੂੰ ਇਸ਼ਕ ਹੋ ਗਿਆ ਪਿਆਰ ਹੋ ਗਿਆ ਇਸ਼ਕ ਹੋ ਗਿਆ ਪਿਆਰ ਹੋ ਗਿਆ ਪਰ ਉਹ ਕੁੜੀ ਕੱਢਣ ਨਹੀਂ ਲੱਗਾ ਅੱਛਾ ਤੁਸੀਂ ਮਕਾਨ ਬਦਲ ਲਿਆ ਏਡੀ ਖਜਲ ਖਰਾਬੀ ਤੇ ਨਹੀਂ ਨਾ ਹੁੰਦੀ ਹੁਣ ਹੋਰ ਸੁਣਾਓ ਠੀਕ ਠਾਕ ਵੈਸੇ ਯਾਰ ਵਿਆਹ ਤੇਰਾ ਵੀ ਨਹੀਂ ਹੋਇਆ ਵਿਆਹ ਮੇਰਾ ਵੀ ਨਹੀਂ ਹੋਇਆ ਚੱਲ ਫਿਰ ਆਪਸ ਚ ਤੂੰ ਸਲਾਹ ਮਸ਼ਵਰਾ ਕਰ ਲਈਏ ਉਹ ਗੁਨਾਹ ਹੁੰਦਾ ਜੀ ਤੇ ਤੂੰ ਨਾ ਕਰੀ ਅਸੀਂ ਤਾਂ ਤੇਰੀ ਸੇਵਾ ਹੀ ਕਰਨੀ ਹੈ ਹਾਂ ਮਿਹਰਬਾਨੀ ਗੱਲ ਸੇਵਾ ਤੇ ਖਾ ਮੇਵਾ ਅੱਛਾ ਜੀ ਸੇਵਾ ਤੇ ਮੈਂ ਕਰ ਰਿਹਾ ਮੇਵਾ ਕਿੱਥੇ ਆ ਥੋੜਾ ਜਿਹਾ ਉੱਤੇ ਅੱਜ ਮੈਂ ਤਾਂ ਕਹਿੰਦਾ ਤੁਹਾਡੀ ਗਿਰੀ ਚ ਉਮਲ ਮਾਰਾਂ ਹਾਂ ਮੈਂ ਤੇ ਉੱਪਰ ਦਫਾ ਆ ਵਿਆਹ ਕਰਾ ਦੇ ਓਏ ਮੇਰਾ ਕਿਸੇ ਪਾਸੇ ਦੋਸਤਾ ਆ ਵਿਆਹ ਤੇਰਾ ਕਰਾਵਾਂਗੇ ਯਾਰ ਤੇ ਫਿਕਰ ਹੋ ਜਾ ਆ ਕੁਸਰਾ ਕਿੱਥੇ ਕੁਸਰਾ ਔਰ ਨਾ ਹੁੰਦਿਆ ਆ ਜਾ ਕ ਆਇਆ ਇੱਥੇ ਬਹਿ ਜਾਵੇ ਦਿਲ ਨਹੀਂ ਦੇਣਾ ਨਾ ਦੇ ਸਾਡਾ ਦਿਲ ਲੈ ਜਾਵੇ ਦਿਲ ਨਹੀਂ ਦੇਣਾ ਨਾ ਦੇ ਸਾਡਾ ਦਿਲ ਲੈ ਜਾਵੇ ਆਈ ਲਵ ਯੂ ਸ਼ੇਖਪੁਰਾ ਬੜੀ ਬੜੀ ਮੁਸੀਕੀ ਕੀਤੀ ਹੈ ਕੱਲ ਗਿਆ ਵਾ ਮੈਂ ਤੈਨੂੰ ਕੀ ਦੱਸਾਂ ਡਿਫੈਂਸ ਡਿਫੈਂਸ ਗਿਆ ਪ੍ਰੋਗਰਾਮ ਕਰਨ ਇੰਜ ਕਰਕੇ ਜੇ ਗਾਣਾ ਸ਼ੁਰੂ ਹੀ ਕੀਤਾ ਹਾਲ ਚ ਇੱਕ ਬੰਦਾ ਉੱਠਿਆ ਉਹਨੇ ਮੈਨੂੰ ₹1,000 ਦਿੱਤਾ ਫਿਰ ਗਾਣਾ ਸ਼ੁਰੂ ਕੀਤਾ ਫਿਰ ਉਹਨੇ ਹਜ਼ਾਰ ਦਿੱਤਾ ਮੈਂ ਕਿਹਾ ਭਾਜੀ ਤੁਹਾਨੂੰ ਮੇਰਾ ਗਾਣਾ ਪਸੰਦ ਹੈ ਕਹਿੰਦਾ ਨਹੀਂ ₹2,000 ਤੈਨੂੰ ਦਿੱਤਾ ਸਾਲਿਆ ਸੰਘਾੜੇ ਲਾ ਲਾ ਗਾਇਆ ਨਾ ਕਰ ਆ ਗਈ ਮੇਰੇ ਸੁਪਨਾ ਦੀ ਸ਼ਹਿਜ਼ਾਦੀ ਸੁਪਨਾ ਦੀ ਸ਼ਹਿਜ਼ਾਦੀ ਨਹੀਂ ਮੇਰੀ ਬਫਲ ਸੇਰ ਨਹੀਂ ਮੇਰੀ ਚੀਤੀ ਚੱਲ ਤੂੰ ਮੈਨੂੰ